ਆਪਾਂ ਨੂੰ ਦੇਖਣ ਵਾਲੇ ਆਪਣੇ ਸਫਰਾਂ ਨਾਲ ਜੁੜੇ ਸਾਰੇ ਭੈਣਾਂ ਭਰਾਵਾਂ ਬਜ਼ੁਰਗਾਂ ਮਾਤਾਵਾਂ ਬੱਚਿਆਂ ਨੂੰ ਸਤਿ ਸ੍ਰੀ ਅਕਾਲ। ਇਸ ਵੇਲੇ ਆਪਾਂ ਦੇਸ਼ ਸਾਊਦੀ ਅਰਬ ਦੇ ਵਿੱਚ ਬੈਠੇ ਹਾਂ ਅਤੇ ਸਾਊਦੀ ਅਰਬ ਦਾ ਇਹ ਸ਼ਹਿਰ ਆ ਹੇਲ, HAIL, ਹੇਲ। ਹੇਲ ਤੋਂ 450 ਕਿਲੋਮੀਟਰ ਅੱਗੇ ਆ ਅਲੋਲਾ। ਉਹ ਖਾਸ ਜਗ੍ਹਾ ਜਿਹੜੀ ਪਸੰਦ ਆ ਸਾਨੂੰ, ਜਿਹਨੂੰ ਅਸੀਂ ਦੇਖਾਂਗੇ। ਅਤੇ ਖਾਸ ਕੀ ਆ ਸਾਊਦੀ ਅਰਬ ਦੇ ਵਿੱਚ, ਖਾਸ ਇੱਥੋਂ ਦਾ ਲੈਂਡਸਕੇਪ ਆ, ਇੱਥੋਂ ਦੀਆਂ ਪਹਾੜ, ਇੱਧਰਲੇ ਪਾਸੇ ਨੂੰ ਜਿੱਧਰ ਜਾਵਾਂਗੇ ਪਹਾੜ ਸ਼ੁਰੂ ਹੋ ਜਾਣਗੇ, ਉਹਨਾਂ ਨੂੰ ਦੇਖਣ ਦਾ ਸਾਨੂੰ ਚਾਅ ਅਤੇ ਉਹੀ ਚੀਜ਼ਾਂ ਸਾਡੀ ਦੇਖਣ ਪਸੰਦ ਕਰਦੇ ਹਾਂ ਆਪਾਂ। ਅਤੇ ਆਪਾਂ ਉਹੋ ਜਿਹਾ ਕੁਝ ਦੇਖਾਂਗੇ, ਧਰਾਤਲ ਦੇਖਾਂਗੇ, ਇੱਥੋਂ ਦਾ ਬਹੁਤ ਸੋਹਣਾ ਸ਼ਾਨਦਾਰ ਆ। ਜੁੜੇ ਰਹੋ ਆਪਣੇ ਸਫਰਾਂ ਨਾਲ, ਅੱਜ ਦੀ ਵੀਡੀਓ 'ਚ ਮਿਲਦੇ ਹਾਂ ਆਪਾਂ। ਆਹ ਕਮਰਾ ਅਸੀਂ ਰਾਤ ਇੱਥੇ ਹੇ ਲਾ ਕੇ ਲਿਆ ਸੀ, ਰਾਤ 12-1 ਵਜੇ ਪਹੁੰਚੇ ਸੀ ਅਤੇ ਇੱਥੇ ਰਹੇ ਸੀ। ਹੁਣ ਨਹਾ ਧੋ ਕੇ ਐਨ ਇੱਕ ਨੰਬਰ ਹੋ ਕੇ ਮਾਹੌਲ, ਹੁਣ ਬਾਹਰ ਨਿਕਲਦੇ ਹਾਂ ਅਤੇ ਚੱਲਦੇ ਹਾਂ। ਜੁੜੇ ਰਹੋ, ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਅਤੇ ਲਾਈਕ ਲਾਜ਼ਮੀ ਕਰਿਓ। ਅਸੀਂ ਕੱਲ੍ਹ ਦੇ ਸਾਊਦੀ ਅਰਬ ਦੇ ਧੁਰ ਅੰਦਰ ਵੜੇ ਹਾਂ, 800-900 ਕਿਲੋਮੀਟਰ ਦੇ ਅੰਦਰ ਆਏ ਸੀ ਅਤੇ ਸਾਨੂੰ ਇਹ ਦੇਸ਼ ਬਹੁਤ ਸੋਹਣਾ ਲੱਗਿਆ। ਇਹ ਖੁੱਲ੍ਹਾ ਡੁੱਲਾ, ਆਵਾਜਾਈ ਘੱਟ ਆ, ਕਿਉਂਕਿ ਵੱਡੇ ਸ਼ਹਿਰਾਂ ਤੋਂ ਆਪਾਂ ਬਹੁਤ ਦੂਰ ਫਿਰਦੇ ਹਾਂ। ਵੱਡੇ ਸ਼ਹਿਰ ਮੱਕਾ, ਰਿਆਦ, ਜਿੱਦਾ, ਮਦੀਨਾ, ਉਹ ਸਾਰੇ ਇਸ ਵੇਲੇ ਆਪਣੇ ਤੋਂ ਦੂਰ ਨੇ। ਅਤੇ ਆਪਣੇ ਸਫ਼ਰ 'ਚ ਆਪਣੇ ਨਾਲ ਆ ਮੁੰਡਾ, ਕੀ ਨਾਮ ਮੁੰਡੇ ਦਾ ਯਾਰ, ਸਤਿੰਦਰ ਸਰਤਾਜ, ਸਤਿੰਦਰ, ਅਤੇ ਨਾਲ ਦੂਜਾ ਵੀਰਾ ਨਿਰਮਲ। ਠੀਕ ਆ ਬਾਈ ਜੀ, ਇਹ ਆ ਵੀ ਰੱਖ ਦਿਓ, ਸ਼ੁਕਰਨ। ਪਾਵਰ ਬੈਂਕ ਪਿਆ ਉੱਤੇ, ਆਪਾਂ ਉਹ ਕੱਢ ਲਈਏ ਜੀ ਬਾਈ, ਉੱਤੇ ਉੱਤੇ ਪਿਆ, ਅੱਗੇ ਰੱਖ ਲੈਂਦੇ ਕੋਈ ਨਾ। ਤੂੰ ਵੀ ਚੇਤੇ ਕਰੇਗੀ ਜਬਾਨੀ, ਮਿੱਤਰਾਂ ਤੇ ਆਈ ਸੀ ਕਦੇ ਨੀ, ਮਿਡਲ ਈਸਟ ਦੀ ਇੱਕ ਖਾਸ ਪਛਾਣ ਜਾਂ ਖਿੱਚ ਦਾ ਇਹ ਵੀ ਹੈਗਾ ਕਿ ਇੱਥੇ ਥਾਂ ਥਾਂ 'ਤੇ ਪਰਫਿਊਮ ਊਦ ਦੀਆਂ ਦੁਕਾਨਾਂ ਆਪਾਂ ਸਫ਼ਰਾਂ 'ਚ ਤੁਸੀਂ ਬਹੁਤ ਦੇਖੀਆਂ, ਥਾਂ ਥਾਂ 'ਤੇ ਬਣੀਆਂ ਹੋਈਆਂ ਨੇ। ਅਤੇ ਆਹ ਇੱਕ ਵੀਰ ਉਹਨਾਂ ਨੇ ਇਹ ਦਿੱਤਾ ਸੀਗਾ, ਇਹਨੂੰ ਲਾਉਣ ਦਾ ਤਰੀਕਾ ਕੀ ਹੈ, ਇਹ ਮੈਂ ਵੀ ਕੱਲ੍ਹ ਸਿੱਖਿਆ ਬਾਈ ਹੁਣਾਂ ਤੋਂ। ਇਹਨੂੰ ਕੀ ਕਰਨਾ, ਸੁਰ ਮਚੂਆ ਜਿਵੇਂ ਅੱਖਾਂ 'ਚ ਪਾਇਆ ਜਾਂਦਾ ਹੁੰਦਾ, ਇਹਨੂੰ ਇੱਥੇ ਐਂ ਲਾ ਲੈਣਾ, ਥੋੜ੍ਹਾ ਜਿਹਾ ਲਾ ਲਿਆ, ਇਹਨੂੰ ਫਿਰ ਬੰਦ ਕਰ ਦਿਉ। ਇਹ ਤਿੱਖੀ ਗੰਧ ਨਹੀਂ ਹੁੰਦੀ ਇਹਦੀ, ਨੱਕ 'ਚ ਨਹੀਂ ਵੜਦੀ, ਬਸ ਹੈਂ ਜੇ ਕਰਕੇ ਅਤੇ ਇਹਨੂੰ ਹੈਂ ਜੇ ਲਾ ਲੈਂਦੇ ਆ, ਬਸ ਇੱਕ ਫਰੈਗਨੈਂਸ ਜੀ ਸਾਰੇ ਕਿਤੇ ਤੁਰੀ ਫਿਰਦੇ, ਕੱਛਾਂ ਕੁੱਛਾਂ ਬੰਦਾ ਲਾ ਲਏ ਅਤੇ ਸੂਤ ਆ ਕਹਾਣੀ। ਮਿੱਠਾ ਜਿਹਾ ਹੁੰਦਾ, ਜਿਹੜਾ ਦੂਜਾ ਹੁੰਦਾ ਆਪਣੇ ਸੜਕਣ ਵਾਲਾ, ਉਹ ਛਿੱਕਾਂ ਲਾ ਦਿੰਦਾ ਚੈਕ। ਜਿਹੜੇ ਇਲਾਕਿਆਂ ਦੇ ਵਿੱਚ ਹੁਣ ਫਿਰਦੇ ਹਾਂ, ਸਮੁੰਦਰ ਤੋਂ ਦੂਰ ਦੇ ਇਲਾਕੇ ਨੇ, ਅਤੇ ਸਮੁੰਦਰ ਤੋਂ ਜਿਵੇਂ ਜਿਵੇਂ ਦੂਰ ਜਾਂਦੇ ਹਾਂ ਠੰਡ ਵੱਧਦੀ ਆ। ਇਸ ਵੇਲੇ ਇੱਥੇ 12 ਡਿਗਰੀ ਟੈਂਪਰੇਚਰ ਆ, ਰਾਤ ਵੀ ਠੰਡ ਸੀ, ਹੁਣ ਵੀ ਠੰਡ ਆ। ਅਤੇ ਕੁਛ ਇਲਾਕੇ ਤਬੂਕ ਵਰਗੇ ਨੇ, ਉੱਥੇ ਨੇੜੇ ਆ 400-500 ਕਿਲੋਮੀਟਰ, ਜਿੱਥੇ ਇੱਥੇ ਸਿਆਲਾਂ ਦੇ ਵਿੱਚ ਬਰਫ਼ ਵੀ ਪੈਂਦੀ ਆ। ਗਰਮੀਆਂ ਦਾ ਤਾਪਮਾਨ ਵੀ ਇਸ ਇਲਾਕੇ ਤੋਂ ਕੋਈ ਬਹੁਤਾ ਜ਼ਿਆਦਾ ਨਹੀਂ ਹੁੰਦਾ, ਠੀਕ ਠਾਕ ਜਿਹਾ ਰਹਿੰਦਾ। ਅਤੇ ਕਿਉਂਕਿ ਇਹ ਸਮੁੰਦਰ ਤੋਂ ਦੂਰ ਆ, ਜਿਹੜਾ ਸਮੁੰਦਰ ਦੇ ਨੇੜਲਾ ਇਲਾਕਾ ਉੱਥੇ ਗਰਮੀ ਵੱਧ ਆ ਅਤੇ ਉੱਥੇ ਹਿਊਮਿਡਿਟੀ ਹੁੰਦੀ ਆ। ਸ਼ੁਕਰਨ ਹਬੀਬੀ। ਸਿੱਧਾ ਸਾਹਮਣੇ ਹੇਲ ਦੇ ਵਿੱਚ ਇੱਕ ਬਹੁਤ ਉੱਚਾ ਸੋਹਣੀ ਥਾਂ 'ਤੇ ਕਿਲ੍ਹਾ ਬਣਿਆ ਹੋਇਆ, ਸਕਰੀਨ ਦੇ ਵਿੱਚ ਸਾਹਮਣੇ ਪਹਾੜ ਦਿਸਣੇ ਸ਼ੁਰੂ ਹੋ ਗਏ। ਅਤੇ ਉਹ ਪਹਿਲਾਂ ਕਿਲ੍ਹੇ ਨੂੰ ਦੇਖਾਂਗੇ ਅਤੇ ਹੋਰ ਹੇਲ ਦੇ ਵਿੱਚ ਕੋਈ ਇੱਕ ਦੀ ਥਾਂ ਹੋਈ ਤਾਂ ਉਹ ਦੇਖਾਂਗੇ, ਫਿਰ ਉਦੋਂ ਗਾਂਹ ਆਪਾਂ ਲੋਲਾ ਵੱਲ ਨੂੰ ਨਿਕਲਾਂਗੇ। ਕੱਲ੍ਹ ਵੀ ਬੱਦਲਬਾਈ ਸੀ, ਅੱਜ ਵੀ ਬੱਦਲਬਾਈ ਆ। ਮਿਡਲ ਈਸਟ ਜਦੋਂ ਕਿਤੇ ਬੱਦਲਬਾਈ ਜੀ ਹੁੰਦੀ, ਸਾਰੇ ਪਾਸੇ ਹੋ ਜਾਂਦੀ ਆ। ਕਵੈਤ ਦੇ ਵਿੱਚ ਕੱਲ੍ਹ ਮੀਂਹ ਪੈ ਕੇ ਹਟਿਆ, ਖਜੂਰਾਂ ਲੱਗੀਆਂ ਹੋਈਆਂ ਨੇ, ਬੱਦਲ ਆ, ਘਰਾਂ ਦੇ ਰੰਗ ਢੰਗ ਅਤੇ ਮੌਸਮ ਬਹੁਤ ਸ਼ਾਨਦਾਰ ਹੈ, ਠੰਡ ਵਾਕਈ ਬਹੁਤ ਆ, ਹਵਾ ਤੇਜ਼ ਹੈ। ਇਸ ਵੇਲੇ ਆਪਣੇ ਫਰੇਮ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਕਿਲ੍ਹਾ ਦਿਸਦਾ, ਮੌਸਮ ਵੀ ਬੜਾ ਸੋਹਣਾ ਅਤੇ ਕਿਲ੍ਹਾ ਵੀ ਬੜਾ ਸੋਹਣਾ।
ਇਧਰਲੇ ਪਾਸਿਓਂ ਲਿਖਿਆ ਹੋਇਆ ਭਾਈ ਨੋ ਐਂਟਰੀ, ਅਤੇ ਉਹ ਉਧਰਲੇ ਪਾਸੇ ਦੀ ਆਪਾਂ ਇਹਦੇ 'ਚ ਦਾਖਲ ਹੋ ਸਕਦੇ ਹਾਂ। ਦੇਖਦੇ ਹਾਂ, ਸੋਹਣੀ ਜਗ੍ਹਾ ਇਹ। ਇਹਨਾਂ ਦੇਸ਼ਾਂ 'ਚ ਇੱਕ ਚੀਜ਼ ਹੋਰ ਦੇਖੀ ਆ ਵੀ ਚਿੜੀਆਂ ਬਹੁਤ ਨੇ, ਚਿੜੀਆਂ ਦੀ ਆਵਾਜ਼ ਸਵੇਰੇ ਸਵੇਰੇ ਸੁਣਨ ਨੂੰ ਬਹੁਤ ਮਿਲਦੀ ਆ। ਸਮਾਂ 10:30 ਹੋਏ ਆ ਅਤੇ ਇੰਡੀਆ ਨਾਲੋਂ 2.5 ਘੰਟੇ ਆਪਾਂ ਪਿੱਛੇ ਹਾਂ, ਅਤੇ ਇੱਧਰ ਮੁੰਡੇ ਫੋਟੋਆਂ ਫੋਟੋਆਂ ਖਿੱਚਣੀਆਂ ਸ਼ੁਰੂ ਕਰਤੀਆਂ ਨੌਜਵਾਨਾਂ ਨੇ। ਬੌਸ ਅੱਜ ਭਾਅ ਜੀ ਸਾਊਦੀ ਅਰਬ ਸਾਨੂੰ ਹੈਰਾਨ ਕਰੀ ਜਾਂਦਾ, ਤੁਰਿਆ ਵੀਰੇ ਨਾਲੋਂ ਨਾਲ ਕੈਮਰਾ ਫੜਾਇਆ ਬਾਈ ਨਿਰਮਲ ਨੂੰ। ਸਾਊਦੀ ਅਰਬ ਵਾਕਈ ਬੜਾ ਸੋਹਣਾ ਮੁਲਕ ਆ, ਜਿਹੜੀ ਜਗ੍ਹਾ 'ਤੇ ਆਪਾਂ ਹੁਣ ਫਿਰਦੇ ਹਾਂ ਇਹਦੀ ਵਾਈਬ ਓਮਾਨ ਵਰਗੀ ਆ। ਓਮਾਨ 'ਚ ਵੀ ਉੱਚੀਆਂ ਬਿਲਡਿੰਗ ਹੈ ਨਹੀਂ, ਇੱਥੇ ਵੀ ਹੈ ਨਹੀਂ, ਤਾਂ ਕਰਕੇ ਹੋਰ ਵੀ ਸੋਹਣਾ ਲੱਗਦਾ। ਅਤੇ ਆਹ ਇੱਕ ਕਮਰਾ ਬਣਿਆ ਹੋਇਆ ਸੀ ਉੱਥੇ ਵੀਰ ਹੋਣਾ ਕੋਲ ਗਏ, ਇੱਥੇ ਜੇ ਘੁੰਮਣ ਨਹੀਂ ਆਉਂਦੇ ਲੋਕ, ਹਜੇ ਬਹੁਤ ਘੱਟ ਆਉਂਦੇ ਆ, ਉਭਾਰੀ ਜਾਂਦੇ ਆ ਘੁੰਮਣ ਵਜੋਂ। ਅਤੇ ਕਲਚਰਲ ਹੈਰੀਟੇਜ, ਹੁਣ ਤਾਹਾਂ ਚੜ੍ਹਦੇ ਹਾਂ ਅਤੇ ਆਪਾਂ ਆਹ ਜਗ੍ਹਾ ਨੂੰ ਦੇਖਦੇ ਹਾਂ। ਵਾਹ ਯਾਰ, ਆ ਜਾਓ ਭਾਅ ਜੀ, ਮਾਰੋ ਹਿੰਮਤ, ਕਿਆ ਜਗ੍ਹਾ ਯਾਰ। ਆਰਿਫ ਫੋਰਟ, ਆਰਿਫ ਫੋਰਟ ਐਲੀਮੈਂਟਸ, ਗਰਾਊਂਡ ਫਲੋਰ ਪਲੈਨ। ਇੱਧਰਲੇ ਪਾਸੇ ਦੇਖੀ ਜਾਂਦੇ, ਜੇ ਆਪਾਂ ਇੱਧਰ ਘੁੰਮ ਕੇ ਦੇਖਾਂਗੇ ਆਹ ਗੱਲਬਾਤ ਬਹੁਤ ਹੀ ਉੱਤੇ ਉੱਤਲੇ ਦਰਜੇ ਦੀ ਆ। ਦੂਰ ਪਹਾੜਾਂ ਦੇ ਉੱਤੇ ਪੈਂਦੀ ਹੋਈ ਧੁੱਪ ਅਤੇ ਫਰੇਮ ਦੇ ਵਿੱਚ ਦਿਸਦਾ ਸ਼ਹਿਰ ਹੇਲ। ਉਹ ਸਟੇਡੀਅਮ ਬਣਿਆ ਹੋਇਆ ਬੱਦਲਾਂ ਬੁੱਦਲਾਂ 'ਚ, ਬੜਾ ਸੋਹਣਾ ਲੱਗੀ ਜਾਂਦਾ ਇਸ ਵੇਲੇ। ਹਜੇ ਹੋਰ ਉੱਚੇ ਜਾਵਾਂਗੇ, ਉੱਚੇ ਜਾ ਕੇ ਇਹਨੂੰ ਹੋਰ ਟਿਕਾ ਕੇ ਦੇਖਾਂਗੇ। ਫਿਲਹਾਲ ਜੇ ਪੌੜੀਆਂ ਚੜ੍ਹੀ ਜਾਂਦੇ ਹਾਂ ਅਤੇ ਇੱਧਰਲੇ ਪਾਸੇ ਇਹ ਕੱਚਾ ਜਿਹਾ ਲਿਪਿਆ ਹੋਇਆ ਸਾਰਾ ਜਗ੍ਹਾ, ਵਾਕਈ ਬੜੀ ਸੋਹਣੀ ਆ। ਹੈਲੋ, ਆਪ ਕਹਾਂ ਸੇ ਹੋ? ਇੰਡੀਆ ਕਲਕੱਤਾ। ਅਰੇ ਵੈਸਟ ਬੰਗਾਲ, ਕਿਆ ਬਾਤ ਹੈ ਮਮਤਾ ਬੈਨਰਜੀ, ਕਿਆ ਬਾਤ ਹੈ ਯਾਰ। ਸ਼ਹਿਰ ਵੱਲ ਮੂੰਹ ਕਰਕੇ ਇੱਥੇ ਤੋਪ ਬੀੜੀ ਹੋਈ ਹੈ ਇੱਕ, ਸਵੇਰ ਸਵੇਰ ਦਾ ਮਾਹੌਲ ਹੋਣੇ ਕਰਕੇ ਜ਼ਿਆਦਾ ਸੋਹਣਾ ਲੱਗ ਰਿਹਾ। ਦੋਹੇ ਪਾਸੇ ਹੀ ਆ ਸ਼ਹਿਰ ਬਾਈ ਸਿਆਂ, ਹਾਂਜੀ ਬਹੁਤ ਅੱਛਾ ਯਾਰ ਹੈ ਨਾ। ਬਾਕੀ ਆਪਾਂ ਗੱਲ ਕੀਤੀ ਵੀ ਇੱਥੇ ਠੰਡ ਬਹੁਤ ਆ, ਕੱਲ੍ਹ ਦੇ ਅਸੀਂ ਜਦੋਂ ਦੇ ਇੱਧਰ ਪਾਸੇ ਵੜੇ ਤਾਂ ਠੰਡ ਲੱਗਦੀ ਆ, ਹਵਾ ਬਹੁਤ ਠੰਡੀ ਵਗਦੀ ਆ। ਇਹਦਾ ਇੱਕ ਕਾਰਨ ਇਹ ਆ ਵੀ ਇਸ ਵੇਲੇ ਆਪਾਂ 1000 ਮੀਟਰ ਦੇ ਐਲੀਵੇਸ਼ਨ 'ਤੇ ਹਾਂ। ਜਦੋਂ ਸਮੁੰਦਰ ਦੇ ਨੇੜੇ ਨੇੜੇ ਸਫ਼ਰ ਕਰਦੇ ਸੀ ਤਾਂ 0 ਮੀਟਰ 'ਤੇ ਸੀ, ਉੱਥੇ ਗਰਮੀ ਹੋਣੀ ਸੁਭਾਵਿਕ ਆ। ਜਿਵੇਂ ਜਿਵੇਂ ਆਪਣਾ ਅਲਟੀਟਿਊਡ ਵੱਧਦਾ ਉਵੇਂ ਉਵੇਂ ਠੰਡ ਵੱਧਦੀ ਵੱਧਦੀ ਆ। ਅਤੇ ਬਾਕੀ ਸਿਆਣੇ ਕਹਿੰਦੇ ਹੁੰਦੇ ਵੀ ਜਦੋਂ ਹਵਾ ਵਗਦੀ ਹੋਵੇ ਤਾਂ ਫੱਗਣ ਮਹੀਨੇ 'ਚ ਵੀ ਠੰਡ ਬਹੁਤ ਉਤਲੇ ਲੈਵਲ ਦੀ ਹੋ ਜਾਂਦੀ ਹੈ। ਅਤੇ ਫੋਨ ਘੁਮਾ ਕੇ ਇਸ ਵੇਲੇ ਆਪਾਂ ਉੱਚੀ ਥਾਂ 'ਤੇ ਖੜ੍ਹ ਕੇ ਸਾਰੇ ਸ਼ਹਿਰ ਨੂੰ, ਇਸ ਨੂੰ ਹੇਲ ਨੂੰ ਦੇਖੀ ਜਾਂਦੇ ਹਾਂ। ਸੋਹਣੀਆਂ ਬਿਲਡਿੰਗਸ ਬਣੀਆਂ ਹੋਈਆਂ ਨੇ ਅਤੇ ਕੱਚੀਆਂ ਕੱਚੇ ਕਿਲੇ ਦੇ ਵੀ ਜਿਹੋ ਜਿਹੇ ਬਣੇ ਹੋਏ ਚੌਂਕੀਆਂ ਜੀਆਂ, ਉਹ ਵੀ ਇੱਥੇ ਕਈ ਦਿਸੀ ਜਾਂਦੀਆਂ ਸਾਹਮਣੇ ਫਰੇਮ ਦੇ ਵਿੱਚ। ਐਵੇਂ ਦਾ ਮਾਹੌਲ ਆ, ਬੱਦਲਾਂ ਦੇ ਵਿੱਚ ਨੀਲਾ ਅਸਮਾਨ ਦਿਸਦਾ ਜਦੋਂ, ਉਹ ਕਿਆ ਬਾਤ ਗੱਲਬਾਤ ਹੋ ਜਾਂਦੀ ਹੈ। ਇਹ ਵਾਕਈ ਅੱਜ ਦਾ ਦਿਨ ਬਹੁਤ ਸ਼ਾਨਦਾਰ ਚੜ੍ਹਿਆ, ਬਹੁਤ ਸੋਹਣੀ ਜਗ੍ਹਾ ਦੇਖਣ ਨੂੰ ਸਵੇਰੇ ਸਵੇਰੇ ਸਾਨੂੰ ਮਿਲੀ ਆ। ਅਤੇ ਇੱਧਰਲੇ ਪਾਸੇ ਮੁੰਡੇ ਫਿਰ ਇਹੋ ਜਿਹੇ ਮੌਕੇ ਦਾ ਭਰਪੂਰ ਫਾਇਦਾ ਉਠਾਉਂਦੇ ਹੋਏ
ਤਸਵੀਰਕਾਰੀਆਂ ਵੱਡੇ ਪੱਧਰ 'ਤੇ ਚੱਲ ਰਹੀਆਂ ਨੇ। ਫਰੇਮ ਨਹੀਂ ਸੋਹਣਾ, ਆਹ ਉਹਦੇ ਉੱਤੇ ਜਾਵਾਂਗੇ, ਸੜਕ ਜਾਂਦੀ ਆ, ਉੱਤੇ ਜਾ ਸਕਦੇ ਹਾਂ, ਚੱਲੀਏ ਫਿਰ ਉੱਧਰ ਨੂੰ। ਵੈਸੇ ਤਾਂ ਮੁਲਕਾਂ ਦਾ ਕੀ ਕਹਿੰਦੇ ਹੁੰਦੇ ਆ, ਕੰਪੈਰੀਜ਼ਨ ਕਰਨਾ ਨਹੀਂ ਚਾਹੀਦਾ, ਪਰ ਹਰੇਕ ਦੀ ਆਪਦੀ ਆਪਦੀ ਖਿੱਚ ਹੁੰਦੀ ਆ। ਸਾਨੂੰ ਜਿਹੜਾ ਦੁਬਈ ਸੋਹਣਾ ਮੁਲਕ ਆ, ਪਰ ਉੱਥੇ ਸਾਰਾ ਕੁਛ ਬੰਦੇ ਦਾ ਬਣਾਇਆ ਹੋਇਆ ਬਹੁਤਾ, ਪਰ ਜਿਹੜੇ ਪਹਾੜ ਨੇ ਇਹ ਆਲਾ ਦੁਆਲਾ ਇਹ ਬੰਦੇ ਨੂੰ ਜ਼ਿਆਦਾ ਖਿੱਚਦਾ। ਬਾਕੀ ਹਰੇਕ ਦੀ ਵੱਖੋ ਵੱਖਰੀ ਪਰਸੈਪਸ਼ਨ ਹੁੰਦੀ ਆ, ਕਿਸੇ ਨੂੰ ਕੁਛ ਚੰਗਾ ਲੱਗਦਾ, ਕਿਸੇ ਨੂੰ ਕੁਛ। ਸਾਨੂੰ ਇਹ ਜ਼ਿਆਦਾ ਵਧੀਆ ਲੱਗ ਰਿਹਾ, ਬਹੁਤ ਸ਼ਾਨਦਾਰ ਜਗ੍ਹਾ ਇਹ। ਅਤੇ ਹੁਣ ਉਹ ਪਿੱਛੇ ਕੁੱਚਾ ਪਹਾੜ ਆ, ਉੱਧਰ ਵੀ ਚੱਲਦੇ ਹਾਂ, ਉੱਥੋਂ ਖੜ੍ਹ ਕੇ ਸਾਰੇ ਸ਼ਹਿਰ ਨੂੰ ਹੇਲ ਚੰਗੀ ਤਰ੍ਹਾਂ ਦਿਸੂਗਾ ਆਪਾਂ ਨੂੰ। ਹਜੇ ਇਹਦੇ ਅੰਦਰ ਜਾਵਾਂਗੇ, ਅੰਦਰ ਹੋਰ ਵੀ ਮਾਹੌਲ ਬਣਨਾ ਇਹ। ਜਿਹੜੀਆਂ ਕੰਧਾਂ ਦੇ ਵਿੱਚ ਖੋੜਾਂ ਕੱਢੀਆਂ ਹੋਈਆਂ ਨੇ ਨਾ, ਇਹ ਖੋੜਾਂ ਅਸਲ ਦੇ ਵਿੱਚ ਕੀ ਆ, ਇਹ ਤਾਂ ਇਹ ਪੰਛੀਆਂ ਦੇ ਆਲ੍ਹਣੇ ਬਣਾਏ ਹੁੰਦੇ ਨੇ। ਇਹੋ ਜਿਹੇ ਪਿਛਲੇ ਦੇਸ਼ 'ਚ ਵੀ ਆਪਾਂ ਵਾਹਵਾ ਦੇਖੇ ਸੀਗੇ, ਕਤਰ 'ਚ ਦੇਖੇ ਸੀਗੇ ਇਹ। ਕਿਆ ਬਾਤ ਆ ਯਾਰ, ਪਿੱਲਰ ਕੱਢੇ ਹੋਏ ਨੇ ਕੰਧਾਂ ਦੇ ਉੱਤੇ, ਮੁੰਡਾ ਨੇ ਆਪਦੇ ਆਪ ਨਾਂ ਲਿਖੇ ਹੋਏ ਆ ਖੁਰਚ ਖੁਰਚ ਕੇ। ਨਿਚੀਸ ਮਹਿਰਾਬ ਕੁਛ ਨਾ ਕੁਛ ਅੰਗਰੇਜ਼ੀ ਦੇ ਵਿੱਚ ਇੱਥੇ ਲਿਖਿਆ ਹੋਇਆ। ਅਤੇ ਇਹਨਾਂ ਦੇਸ਼ਾਂ ਦੀ ਇੱਕ ਹੋਰ ਖੂਬਸੂਰਤ ਗੱਲ ਸਾਨੂੰ ਇਹ ਲੱਗਦੀ ਆ ਕਿ ਕੋਈ ਵੀ ਸ਼ਹਿਰ ਦਾ ਨਾਮ ਹੋਵੇ, ਕੋਈ ਦੁਕਾਨ ਹੋਵੇ, ਕੁਛ ਵੀ ਆ, ਸਭ ਤੋਂ ਪਹਿਲਾਂ ਉੱਤੇ ਅਰਬੀ ਲਿਖੀ ਹੁੰਦੀ ਆ ਅਤੇ ਦੂਜੀ ਬੋਲੀ ਅੰਗਰੇਜ਼ੀ ਉਹ ਥਾਂ ਲਿਖੀ ਹੁੰਦੀ ਆ। ਅਤੇ ਕਈ ਥਾਂ ਤਾਂ ਹੋਟਲਾਂ ਢਾਬਿਆਂ 'ਤੇ ਜਦੋਂ ਬਹਿੰਦੇ ਹਾਂ, ਮੀਨੂ ਚੱਕਦੇ ਹਾਂ, ਤਾਂ ਉਹਦੇ ਵਿੱਚ ਅੰਗਰੇਜ਼ੀ ਹੁੰਦੀ ਨਹੀਂ, ਉਹਦੇ 'ਚ ਸਿਰਫ ਅਤੇ ਸਿਰਫ ਅਰੇਬਿਕ ਲਿਖੀ ਹੁੰਦੀ ਆ ਅਤੇ ਸਾਰਾ ਮਿਡਲ ਈਸਟ ਅਰੇਬਿਕ ਹੀ ਬੋਲਦਾ। ਅਤੇ ਚੈਕ ਬਾਥਸ ਹਮਾਮ, ਨਹਾਉਣ ਨੂੰ ਹਮਾਮ ਕਿਹਾ ਜਾਂਦਾ। ਆਹ ਫਰੇਮ ਬਹੁਤ ਸ਼ਾਨਦਾਰ ਬਣੀ ਜਾਂਦੇ ਆ, ਉਹਦਾ ਕਾਰਨ ਬੱਦਲ ਵੀ ਆ, ਬੱਦਲਾਂ ਕਰਕੇ ਜ਼ਿਆਦਾ ਸੋਹਣਾ ਲੱਗਦਾ। ਘੋਸ਼ਰੇ ਜੇ ਤਾਹਾਂ ਦੀ ਤਾਹਾਂ ਕਈ ਬਣੇ ਹੋਏ ਆ। ਹੋ ਵਾਹਿਗੁਰੂ ਭਾਅ ਜੀ, ਮਾੜੀ ਸਾਈਡ ਦਿਓ ਬਾਈ, ਹੁਣੀ ਵੀਡੀਓ ਕਾਲ ਕਰਕੇ ਘਰੇ ਦਿਖਾਈ ਜਾਂਦੇ ਸਾਊਦੀ ਅਰਬ। ਵਾਹ 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 ਵਾਹ, ਕਿਆ ਬਾਤ ਹੈ ਯਾਰ। ਇਹ ਕਿਲੇ ਨੂੰ ਦੇਖ ਲਿਆ, ਬਹੁਤ ਸੋਹਣੀ ਸ਼ਾਨਦਾਰ ਜਗ੍ਹਾ ਇਹ, ਬਾਕੀ ਦੇਖਣ ਯੋਗ ਆ ਇਹ, ਅਤੇ ਅੰਡਰਰੇਟਡ ਆ। ਅੰਡਰਰੇਟਡ ਤੋਂ ਕਹਿੰਦਾ ਭਾਅ ਵੀ ਨੈੱਟ 'ਤੇ ਵੀ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਮਿਲਦੀ ਨਹੀਂ, ਅਸੀਂ ਸਵੇਰੇ ਸਰਚ ਕਰਦੇ ਰਹੇ ਵੀ ਹੇਲ 'ਚ ਕਿਹੜੀਆਂ ਥਾਵਾਂ ਨੇ ਦੇਖਣ ਵਾਲੀਆਂ, ਪਰ ਇੱਥੇ ਕੁਛ ਵੀਰ ਭਰਾ ਰਹਿੰਦੇ ਸੀ, ਉਹਨਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਤੁਸੀਂ ਤਾਂ ਕਿਲ੍ਹਾ ਦੇਖ ਸਕਦੇ ਹੋ। ਅਤੇ ਹੁਣ ਆਪਾਂ ਇੱਥੋਂ ਚੱਲਦੇ ਹਾਂ ਇੱਕ ਹੋਰ ਜਗ੍ਹਾ ਵੱਲ, ਇਸੇ ਸ਼ਹਿਰ ਦੇ ਵਿੱਚ ਹੇਲ ਦੇ ਵਿੱਚ, ਅਤੇ ਚੱਲੀਏ ਵੀਰ। ਸਤਿੰਦਰ ਸਰਤਾਜ, ਓਕੇ ਜੀ, ਬਹੁਤ ਅੱਛੀ ਜਗ੍ਹਾ ਬਾਈ, ਬਹੁਤ ਅੱਛਾ ਲੱਗਾ। SFLCL ਆਪ ਕਿਤਨੇ ਸਮੇਂ ਸੇ ਹੋ ਯਹਾਂ ਪੇ? 3 ਮਹੀਨੇ। ਨਹੀਂ ਹੋ? ਨਹੀਂ ਜੀ। ਜਗ੍ਹਾ ਵੀ ਨਹੀਂ ਖੋਲੀ ਹੈ? ਨਾ, ਅਭੀ ਸੇ ਪੁਰਾਣੀ ਹੈ ਜੀ। ਪੁਰਾਣੀ। ਓਕੇ, ਥੈਂਕ ਯੂ, ਨਾਈਸ ਟੂ ਮੀਟ ਯੂ। ਬੈਠੇ ਰਹੋ ਬੈਠੇ ਰਹੋ ਬੈਠੇ ਰਹੋ ਬੈਠੇ ਰਹੋ ਕਿਲੇ ਚ ਵੜਨ ਤੋਂ ਪਹਿਲਾਂ ਅਸੀਂ ਭਾਜੀ ਹੁਣਾਂ ਦੇ ਬਣਾ ਦੇ ਨਾਲ ਇੱਧਰ ਰੱਖ, ਅਸੀਂ ਪੁੱਛਿਆ ਵੀਰ ਹੁਣਾਂ ਨੂੰ ਵੀ ਇੱਥੇ ਕੋਈ ਮਤਲਬ ਅੰਦਰ ਜਾਣ ਦਿੰਦੇ ਆ, ਇਹ ਬਾਈ ਵੀਰ ਹੋਣੀ ਬੈਠੇ ਸੀਗੇ ਬਾਹਰ। ਹੈਲੋ, ਸਤਿ ਸ਼੍ਰੀ ਅਕਾਲ ਵੀਰੇ, ਠੀਕ ਠਾਕ ਹੋ? ਅਲਹਮਦੁਲਿਲਾ। ਇਹ ਬਾਈ ਹੁਣੀ ਕਹਿੰਦੇ ਵੀ ਅਸੀਂ ਤੁਹਾਡੇ ਨਨਕਾਣਾ ਸਾਹਿਬ ਤੋਂ, ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਜਦੋਂ ਲਹਿੰਦੇ ਪੰਜਾਬ ਵਾਲੇ ਵੀਰ ਮਿਲਦੇ ਆ ਤਾਂ ਨਨਕਾਣਾ ਸਾਹਿਬ ਦਾ ਰੈਫਰੈਂਸ ਦਿੰਦੇ ਆ। ਹੋਰ ਰਾਜੀ ਬਾਜੀ ਜੀ, ਆਪਣਾ ਨਾਂ? ਮੇਰਾ ਨਾਂ ਜੀ ਰਾਣਾ ਨਵੀਦ। ਰਾਣਾ ਨਵੀਦ? ਰਾਣਾ ਨਵੀਦ, ਰਾਣਾ ਨਵੀਦ ਆਪਣੇ ਬੇਲੀਆਂ ਨਾਲ ਵੀਡੀਓ ਕਾਲ ਤੇ ਲੱਗਾ, ਐਂ ਆਪਣੇ ਬੰਦੇ ਇੱਥੇ ਸਮਾਂ ਗੁਜ਼ਾਰਦੇ ਆ। ਚੰਗਾ ਰਾਣੀ ਵੀਰੇ, ਓਕੇ ਜੀ, ਬੜਾ ਵਧੀਆ ਲੱਗਿਆ, ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ।
ਭਾਈ ਨੂੰ ਥਾਂ ਥਾਂ 'ਤੇ ਟਿਕਟ ਰੱਖੀ ਹੋਈ ਆ, ਇੱਥੇ ਟਿਕਟ ਲਈ ਉਹਨਾਂ ਨੇ, ਫਿਰ ਇੱਧਰਲੇ ਪਾਸੇ ਆਉਣ ਦਿੱਤਾ, ਜਿਹੜੀਆਂ ਜਿਹੜੀਆਂ ਥਾਵਾਂ ਘੁੰਮਣ ਵਾਸਤੇ ਬਣਾਉਂਦੇ ਆ ਫਿਰ ਉੱਥੇ ਟਿਕਟਾਂ ਲਾ ਦਿੰਦੇ ਆ, ਕਮਾਈ ਦਾ ਸਾਧਨ ਟੂਰਿਜ਼ਮ ਦੇ ਪੱਖ ਤੋਂ ਲੋਕ ਦੇਸ਼ ਕਮਾਈ ਐਵੇਂ ਕਰਦੇ ਆ। ਹੇਲ ਆ, ਇੱਥੋਂ ਇੱਕ ਵਾਰੀ ਫਿਰ ਹੇਲ ਨੂੰ ਦੇਖਦੇ ਹਾਂ ਆਪਾਂ, ਉੱਚੀ ਥਾਂ 'ਤੇ ਖੜ੍ਹ ਕੇ ਹਵਾ ਤੇਜ਼ ਲਗਾਤਾਰ ਰੋਜ਼ ਹੀ ਤੇਜ਼ ਵਗਦੀ ਹੈ ਇੱਥੇ ਆਹ ਦਿਨਾਂ ਦੇ ਵਿੱਚ, ਖਾਸ ਕਰਕੇ ਗਾਹਾਂ ਗਾਹਾਂ ਵਧਣੀ ਆ ਗਰਮੀ 'ਚ। ਅਤੇ ਇੱਥੇ ਕਾਹ ਬਣਿਆ ਹੋਇਆ, ਉੱਚ ਹੋਟਲ ਬਣਿਆ ਹੋਇਆ ਉੱਚੀ ਥਾਂ 'ਤੇ, ਕੁਰਫ ਖਾਨ ਫਜੀਰਾ ਦੇ ਨੇੜੇ ਆ। ਉੱਥੇ ਵੀ ਇੱਕ ਦਿਨ ਅਸੀਂ ਇੱਕ ਇਹੋ ਜਿਹੀ ਥਾਂ 'ਤੇ ਗਏ ਸੀ ਉੱਚੇ ਪਹਾੜ 'ਤੇ ਚੜ੍ਹ ਕੇ। ਇਹੋ ਜਿਹੀਆਂ ਥਾਵਾਂ 'ਤੇ ਤਾਂ ਚੜ੍ਹਨ ਦੇ ਜਿਹੜੇ ਪੈਸੇ ਲੈਂਦੇ ਆ, ਸਾਰੇ ਪੈਸੇ ਵਿਊ ਦੇ ਹੁੰਦੇ ਆ, ਕਿਉਂਕਿ ਉੱਥੇ ਟਿਕਾਣਾ ਬਣਾਈ ਬੈਠੇ ਹੁੰਦੇ ਆ। ਉਹ ਕਿਸੇ ਦਾ ਉਹ ਬਣਾਇਆ ਹੋਇਆ ਘੋੜਿਆਂ ਵਾਲਾ ਤਬੇਲਾ ਬਣਾਇਆ ਹੋਇਆ ਖੁੱਲ੍ਹਾ ਡੁੱਲਾ। ਅਤੇ ਮੈਨੂੰ ਜ਼ੂਮ ਕਰੀਏ ਆਹ ਚੀਜ਼ ਆ, ਉਹ ਉੱਥੇ ਆਪਣੇ ਬੇਲੀ ਖੜ੍ਹੇ ਆ, ਫੋਟੋਆਂ ਖਿੱਚੀ ਜਾਂਦੇ ਆ। ਮੇਰਾ ਬੁਰਸ਼ ਗਵਾਚਾ ਸੀ, ਬੁਰਸ਼ ਖਰੀਦਿਆ ਪਹਿਲਾਂ ਅਤੇ ਫਿਰ ਇਹਦਾ ਕੰਮ ਨਿਬੇੜ ਕੇ ਆਇਆ। ਇੱਧਰਲੇ ਪਾਸੇ ਸਾਰਾ ਸ਼ਹਿਰ ਦਿੰਦਾ, ਗਾਂ ਜਾ ਕੇ ਇਹਨੂੰ ਚੰਗੀ ਤਰ੍ਹਾਂ ਦੇਖਦੇ ਹਾਂ। ਅਤੇ ਇੱਧਰ ਖਾਣ ਪੀਣ ਦਾ ਟਿਕਾਣਾ ਬਹੁਤ ਸੋਹਣਾ ਬਣਾਇਆ ਹੋਇਆ, ਪਰ ਇਹਨਾਂ ਦਾ ਜਿਹੜਾ ਮੀਨੂ ਹੁੰਦਾ ਜਾਂ ਖਾਣਾ ਪੀਣਾ ਹੁੰਦਾ ਬਹੁਤਾ ਅਰੇਬਿਕ ਹੁੰਦਾ, ਅਤੇ ਉਹਦੇ 'ਚ ਸਵੇਰੇ ਸਵੇਰੇ ਮੀਟ ਖਾਣਾ ਸ਼ੁਰੂ ਕਰ ਦਿੰਦੇ ਆ, ਅਤੇ ਉਹ ਗੱਲ ਸਵੇਰੇ ਸਵੇਰੇ ਪੁੱਗਦੀ ਨਹੀਂ ਆਪਾਂ ਨੂੰ, ਤਾਂ ਇੱਕ ਦੂਜਾ ਮਹਿੰਗਾ ਜ਼ਿਆਦਾ ਹੁੰਦਾ। ਖਾਣ ਪੀਣ ਥੱਲੇ ਜਾ ਕੇ ਕਰਾਂਗੇ ਅਤੇ ਸ਼ਹਿਰ ਨੂੰ ਆਪਾਂ ਇੱਥੇ ਖੜ੍ਹ ਕੇ ਦੇਖਾਂਗੇ। ਬੱਦਲਬਾਈ ਤਾਂ ਹੈਗੀ ਆ, ਹੁਣ ਮਾੜੀ ਮਾੜੀ ਧੁੱਪ ਨਿਕਲਣੀ ਸ਼ੁਰੂ ਹੋਈ ਆ। ਹੁਣ ਇੱਥੇ ਖੜ੍ਹ ਕੇ ਸ਼ਹਿਰ ਨੂੰ ਦੇਖਦੇ ਹਾਂ। ਸ਼ਹਿਰ ਹੇਲ HAIL, ਅਤੇ ਹੇਲ ਦੀ ਆਬਾਦੀ ਤਕਰੀਬਨ 5 ਲੱਖ ਦਾ ਗੇੜ ਆ ਇਹ। ਅਤੇ ਇੱਧਰਲੇ ਪਾਸੇ ਜੋਰਡਨ ਨੂੰ ਜਾਂਦੇ ਰਾਹ 'ਤੇ ਸਾਊਦੀ ਅਰਬ ਦਾ ਇੱਕ ਵੱਡਾ ਸ਼ਹਿਰ ਹੈ ਹੇਲ ਇਹ, ਅਤੇ ਇਦੂ ਗਾਹਾਂ ਤਾਬੁਕ ਨੂੰ ਅਲੋਲਾ ਨੂੰ ਉੱਧਰ ਨੂੰ ਰਾਹ ਪਾੜ ਜਾਂਦੇ ਆ। ਜੇ ਕੁਵੈਤ ਤੋਂ ਬੰਦਾ ਇੱਧਰਲੇ ਬਾਰਡਰ ਨਿਕਲ ਕੇ ਆਵੇ ਤਾਂ ਸਿੱਧਾ ਇਹ ਸ਼ਹਿਰ ਵੱਲ ਆ ਜਾਂਦਾ। ਪਿੰਡ ਵੱਲੋਂ ਉੱਡਦੇ ਨੇ ਮੋਰ ਵੀ। ਹਾਂ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਮਿਡਲ ਈਸਟ ਦੇ ਵਿੱਚੋਂ ਸਾਊਦੀ ਅਰਬ ਸਭ ਤੋਂ ਵੱਡਾ ਮੁਲਕ ਆ, ਖੇਤਰਫਲ ਦੇ ਪੱਖ ਤੋਂ ਵੱਡਾ ਹੋਣੇ ਕਰਕੇ ਇਹਦੇ ਕੋਲ ਤੇਲ ਦੇ ਸੋਰਸ ਬਾਹਲੇ ਆ ਅਤੇ ਅਮੀਰੀ ਆ। ਜਿਹੜੇ ਦੂਜੇ ਦੇਸ਼ ਆ, ਜਦੋਂ ਆਪਾਂ ਮਾੜਾ ਜਿਹਾ ਪਛਾਣੂ ਜਾਂਦੇ ਹਾਂ ਪੜ੍ਹਦੇ ਹਾਂ ਇਹਨਾਂ ਨੂੰ, ਤਾਂ ਦੂਜੇ ਦੇਸ਼ ਦੇ ਭਰਾ ਭਤੀਜੇ ਹੀ ਆ। ਅਤੇ ਹੁਣ ਜਿਹੜੇ ਭਰਾ ਭਤੀਜੇ ਆ, ਉਹਨਾਂ ਸਾਰਿਆਂ ਨੇ ਖੰਭ ਕੱਢ ਲਏ ਅਤੇ ਉਹਨਾਂ ਨੇ ਟੂਰਿਜ਼ਮ ਨੂੰ ਵੀ ਆਪਦੇ ਵੱਲ ਸੱਦ ਲਿਆ। ਅਤੇ ਹੁਣ ਸਾਊਦੀ ਅਰਬ ਨੂੰ ਵੀ ਇਹ ਗੱਲ ਪਤਾ ਲੱਗਣੀ ਸ਼ੁਰੂ ਹੋ ਗਈ ਵੀ ਭਾਈ ਤੇਲ ਦੇ ਸਿਰ 'ਤੇ ਬਹੁਤਾ ਸਮਾਂ ਨਹੀਂ, ਤਾਂ ਕਰਕੇ ਹੁਣ ਇਹਨਾਂ ਨੇ ਵੀ ਇਸ ਲੋਟ ਟੂਰਿਜ਼ਮ ਨੂੰ ਖਿੱਚੀ ਆਉਂਦੇ ਆ ਕੰਮ ਇਹ। ਉਦੋਂ ਵੀ ਅਗਲੀ ਗੱਲਬਾਤ ਇਹ ਆ ਵੀ ਮੁਸਲਿਮ ਧਰਮ ਦਾ ਸਭ ਤੋਂ ਵੱਡੀ ਥਾਂ ਮੱਕਾ ਮਦੀਨਾ ਇਸ ਦੇਸ਼ ਦੇ ਵਿੱਚ ਆ, ਤਾਂ ਕਰਕੇ ਕਿਤੇ ਨਾ ਕਿਤੇ ਸੁਪੀਰੀਅਰ ਹੋਣ ਵਾਲੀ ਗੱਲਬਾਤ ਵੀ ਆ ਜਾਂਦੀ ਆ ਕਿ ਸਾਊਦੀ ਆਪਦੇ ਆਪ ਨੂੰ ਸਾਰਿਆਂ ਤੋਂ ਉੱਥੋਂ ਦੀ ਮੰਨਦਾ। ਆਹ ਸਾਰੀਆਂ ਜਿਹੜੀਆਂ ਥਾਵਾਂ ਦੇਖ ਰਹੇ ਹਾਂ, ਨਵੀਆਂ ਬਣਾ ਰਹੇ ਆ, ਸੋਹਣੀਆਂ ਬਣਾ ਰਹੇ, ਅਤੇ ਜਿਵੇਂ ਇੱਕ ਐਪਲੀਕੇਸ਼ਨ ਬਣਾਈ ਇਹਨਾਂ ਨੇ ਵਿਜ਼ਿਟ ਸਾਊਦੀ, ਸਾਰਾ ਕੁਛ ਉੱਥੇ ਅਪਡੇਟ ਕਰਦੇ ਆ ਵੀ ਲੋਕ ਸਾਡੇ ਕੋਲ ਆਉਣ। ਜਿੱਥੇ ਕਿਤੇ ਜਾਂਦੇ ਆਪਣੇ ਬੰਦੇ ਉੱਡ ਕੇ ਮਿਲਦੇ ਆ। ਵੀਰ ਹੋਣਾ ਦਾ ਨਾਮ ਆ ਗਣੇਸ਼, ਗਣੇਸ਼ ਹੋਣੇ ਕਹਿੰਦੇ ਵੀ ਸਰਦਾਰ ਬੰਦੇ ਅਸੀਂ ਪਹਿਲੀ ਵਾਰੀ ਇੱਥੇ ਦੇਖੇ ਆ ਅਤੇ ਖੁਸ਼ੀ ਹੋਈ। ਔਰ ਬਤਾਈਏ ਗਣੇਸ਼। ਬਸ ਸਰ, ਬਹੁਤ ਅੱਛਾ ਲੱਗਾ ਆਪਕੋ ਮਿਲ ਕੇ ਸਰ। ਬੜੀਆ ਹੋ? ਬੜੀਆ, ਇੱਕਦਮ ਬੜੀਆ। ਕਾਫੀ ਬੜੀਆ। ਮਹਾਰਾਸ਼ਟਰ? ਮਹਾਰਾਸ਼ਟਰ, ਮੁੰਬਈ। ਮੁੰਬਈ, ਹਮ ਚ ਮੁੰਬਈ। ਹਾਂ, ਇੱਥੇ ਸਾਡੇ ਖਾਣ ਪੀਣ ਦਾ ਸਾਮ ਵੱਤ ਦਾ ਨਹੀਂ ਸੀ, ਇਹ ਕਹਿੰਦੇ ਵੀ ਤੁਹਾਡੇ ਨਹੀਂ ਆਉਣਾ ਸਾਹਿਬ 'ਚ, ਅਤੇ ਥੈਂਕਸ ਅਲੋਟ। ਥੈਂਕਸ ਅਲੋਟ, ਬਹੁਤ ਬੜੀਆ ਲੱਗਿਆ। ਇਹ ਕਹਿੰਦੇ ਸਾਡੇ ਭਾਈ ਕ੍ਰਿਕਟ ਖੇਡਦੇ ਹੁੰਦੇ ਸੀ ਬੰਦੇ ਇੱਕ, ਅਤੇ ਉਹ ਪੱਗ ਬੰਨਦੇ ਸੀ, ਕਹਿੰਦੇ ਤਾਂ ਕਰਕੇ ਤੁਹਾਡੇ ਨਾਲ ਖਿੱਚ ਬਣ ਗਈ। ਨਾਈਸ ਟੂ ਮੀਟ ਯੂ। ਨਾਈਸ ਟੂ ਸੀ ਯੂ ਸਰ। ਆਪਕੋ ਦੇਖ ਕੇ ਸੱਚ ਮੁਝੇ ਮੇਰੇ ਟੀਮ ਕੈਪਟਨ ਚਰਨਜੀਤ ਸਿੰਘ ਕੀ ਯਾਦ ਆ ਗਈ। ਥੈਂਕਸ, ਅਗਰ ਚਰਨ ਸੁਣ ਰਹੇ ਤੋ ਹੱਟ ਸਾਹਿਬ ਵਾਲੀ। ਹਾਂ ਠੀਕ ਹੈ ਜੀ, ਓਕੇ ਗਣੇਸ਼, ਥੈਂਕ ਯੂ ਸਰ, ਲਵ ਯੂ, ਥੈਂਕ ਯੂ ਸੋ ਮਚ, ਲਵ ਯੂ। ਸਾਰੇ ਕਿਤੇ ਸਿਰਫ ਅਰੇਬਿਕ 'ਚ ਬੋਰਡ ਲਿਖੇ ਹੋਣੇ ਕਰਕੇ ਸਾਨੂੰ ਕੋਈ ਰੈਸਟੋਰੈਂਟ ਨਹੀਂ ਮਿਲਿਆ। ਗੂਗਲ 'ਤੇ ਦੇਖਿਆ ਤਾਂ ਔਥੀਅਮ ਮਾਲ, ਇਹਦੇ ਵਿੱਚ ਕੁਛ ਰੈਸਟੋਰੈਂਟ ਬਣੇ ਹੋਏ ਨੇ,
ਬਰਗਰ ਕਿੰਗ ਜਾਂ ਹੋਰ ਆਪਣੇ ਨਾਲ ਭੋਜਨ ਇੱਥੇ ਕਿਤੇ ਨਹੀਂ ਮਿਲਣਾ, ਫਾਸਟ ਫੂਡ ਖਾਣਾ ਪੈਣਾ। ਆ ਜਾ ਨਿਰਮਲ ਵਿਚਾਲੇ ਜੀ, ਮਾੜੀ ਵੀਡੀਓ ਬਣਾਈਏ। ਹੇਲ ਨੂੰ ਅਸੀਂ ਵਧੀਆ ਘੁੰਮ ਲਿਆ, ਦੋ ਤਿੰਨ ਥਾਵਾਂ ਸੀ ਸੋਹਣੀਆਂ ਦੇਖਣ ਵਾਲੀਆਂ ਉਹ ਦੇਖ ਲਈਆਂ, ਅਤੇ ਹੁਣ ਇੱਥੋਂ 450 ਕਿਲੋਮੀਟਰ ਦੂਰ ਅਲੋਲਾ ALU ULA ਹੁਣ ਉੱਧਰ ਨੂੰ ਜਾਈ ਜਾਂਦੇ ਆਪਾਂ ਰੈੱਡ ਸੀ ਵਾਲੇ ਪਾਸੇ ਨੂੰ, ਅਤੇ ਇਹ ਸਾਰਾ ਸਫ਼ਰ ਹੀ ਆ। ਗੱਲ ਸੋਹਣੀ ਇਹਦੇ 'ਚ ਇਹ ਹੋਣੀ ਆ ਵੀ ਆਪਾਂ ਲੈਂਡਸਕੇਪ ਦੇਖਾਂਗੇ। ਕੱਲ੍ਹ ਮੈਦਾਨ ਦੇਖੇ ਆ ਅਤੇ ਅੱਜ ਥੋੜ੍ਹਾ ਜਿਹਾ ਪਹਾੜੀ ਇਲਾਕਾ, ਪਹਾੜ ਬਹੁਤ ਸੋਹਣੇ ਆਲੇ ਦੁਆਲੇ ਦੇ, ਦੂਜੇ ਪਾਸੇ ਕੈਮਰੇ ਦਾ ਮੂੰਹ ਕਰਕੇ ਦਿਖਾਉਣੇ ਆ। ਠੀਕ ਆ ਭਾਅ ਜੀ, NNNH ਤਾਂ ਇੰਡੀਆ 'ਚ ਹੁੰਦੀ ਆ, ਇੱਥੇ ਇੱਥੇ ਇਹਦਾ ਸੜਕ ਦਾ ਹੈਗਾ ਨੈਸ਼ਨਲ ਹਾਈਵੇ, ਇੱਥੇ ਵੀ NH NH ਤਾਂ ਲਿਖਿਆ 70 ਲਿਖਿਆ ਹੋਇਆ ਗੱਲ ਉਹਦੇ ਉੱਤੇ। ਹਾਂ, ਆਹ ਸੜਕ 'ਤੇ ਸਫ਼ਰ ਹੋਣਾ ਅੱਜ, ਬਹੁਤ ਸ਼ਾਨਦਾਰ ਆ। ਠੰਡ ਬਹੁਤ ਸੀਗੀ, ਹੁਣ ਬਾਹਰ ਧੁੱਪ ਆ, ਫਿਰ ਵੀ 14 ਡਿਗਰੀ ਟੈਂਪਰੇਚਰ ਆ, 14 ਡਿਗਰੀ ਆ ਹਜੇ ਵੀ। ਆਹ ਵੇ ਕਿੱਡੇ ਸੋਹਣੇ ਪਹਾੜ ਨੇ, ਵਾਹ ਕਿਆ। ਆਉਂਦੇ ਦਿਨਾਂ ਦੇ ਵਿੱਚ ਆਪਾਂ ਇਹੋ ਜਿਹੇ ਪਹਾੜਾਂ ਨੂੰ ਨੇੜਿਓਂ ਦੇਖਾਂਗੇ। ਦਰਿਆ ਕਾ ਉਤਰਨਾ ਵੀ ਜ਼ਰੂਰੀ ਥਾ, ਤੇਰੀ ਆਖੋਂ ਕੇ ਦਰਿਆ ਕਾ। ਆਪਾਂ ਅਲੋਲਾ ਵੱਲ ਨੂੰ ਜਾਈ ਜਾਂਦੇ ਅਤੇ ਅਲੋਲਾ ਇੱਥੋਂ 350 ਕਿਲੋਮੀਟਰ ਦੂਰ ਆ। ਇਸ ਵੇਲੇ ਇੱਕ ਥੋੜ੍ਹੇ ਜਿਹੇ ਉੱਚੇ ਪਹਾੜ 'ਤੇ ਖੜ੍ਹੇ ਹਾਂ, ਹਵਾ ਪੂਰੀ ਤੇਜ਼ ਆ, ਇੱਥੇ ਹਵਾ ਵਗਦੀ ਰਹਿੰਦੀ ਆ। ਜਿੱਦਣ ਦੇ ਸਾਊਦੀ ਅਰਬ 'ਚ ਵੜੇ ਆਪਾਂ ਵੇਖਿਆ ਹਵਾ ਤੇਜ਼ ਹੀ ਤੇਜ਼ ਵਗਦੀ ਆ, ਉਹਦਾ ਵੱਡਾ ਕਾਰਨ ਇਹ ਵੀ ਖਾਲੀ ਪਿਆ ਸਾਰਾ, ਕੋਈ ਦਰਖਤ ਦਰੁਖਤ ਹੋਣ ਤਾਂ ਹਵਾ ਨੂੰ ਮਾੜਾ ਮੋਟਾ ਅੜਕਾਵਾ ਵੀ ਹੁੰਦਾ। ਅਤੇ ਪਹਾੜ ਹੈਗੇ ਨੇ ਪਾਸੇ ਪਾਸੇ ਆ, ਸੜਕ ਵਾਲਾ ਥਾਂ ਪੱਧਰ ਆ, ਜਿਵੇਂ ਜਿਵੇਂ ਇੱਧਰ ਨੂੰ ਜਾਵਾਂਗੇ ਉਵੇਂ ਉਵੇਂ ਪਹਾੜੀ ਇਲਾਕਾ ਵਧੀ ਜਾਣਾ। ਕੌਫੀਆਂ ਮਿਲਦੀਆਂ ਨੇ ਇੱਥੇ ਸਿਰਫ ਪੈਟਰੋਲ ਸਟੇਸ਼ਨਾਂ 'ਤੇ, ਹੋਰ ਕੁਛ ਵੀ ਨਹੀਂ। ਉੱਥੋਂ ਕੌਫੀ ਫੜੀ ਆ ਅਤੇ ਇੱਥੇ ਬਹਿ ਕੇ ਖੜ ਕੇ ਪੀ ਰਹੇ ਹਾਂ। ਮੈਂ ਬਣਾਉਣਾ ਨਾ, ਬਸ ਮੈਂ ਬਣਾ ਲੈਣਾ। ਅਲੋਲਾ 290 ਕਿਲੋਮੀਟਰ, ਅਸਲ ਦੇ ਵਿੱਚ ਸਵਾਦ ਇਕੱਲੀ ਮੰਜ਼ਲ ਦਾ ਨਹੀਂ, ਸਵਾਦ ਰਾਹਾਂ ਦਾ ਹੁੰਦਾ, ਅਤੇ ਰਾਹਾਂ 'ਤੇ ਇਹੋ ਜਿਹਾ ਕੁਛ ਦੇਖਣ ਨੂੰ ਮਿਲਦਾ। ਉਧਰਲੇ ਪਾਸੇ 2 ਗੱਡੀਆਂ 'ਤੇ ਬੋਤੇ ਚਾਰੀ ਜਾਂਦੇ ਅਤੇ ਫਰੇਮ ਦੇ ਵਿੱਚ ਆਪਾਂ ਨੂੰ ਚਿੱਟੇ ਰੰਗ ਦੇ ਬੋਤੇ ਦਿਖਦੇ ਆ। ਇਹਨਾਂ ਦੀ ਪੂਰੀ ਇਹ ਨਿਗਾਹ ਰੱਖਦੇ, ਸੜਕ ਦੇ ਇੱਥੇ ਦੋਹੇ ਪਾਸੇ ਤਾਰ ਨਹੀਂ ਹੈਗੀ ਤਾਂ ਕਰਕੇ ਨਾਲ ਨਾਲ ਗਸ਼ਤ ਕਰੀ ਜਾਂਦੇ ਆ। ਅਤੇ ਇਹਨਾਂ ਬੇਲੀਆਂ ਦਾ ਰੰਗ ਚਿੱਟਾ, ਚਿੱਟੇ ਰੰਗ ਦੇ ਬੋਤੇ ਕਈ ਦਿਨਾਂ 'ਤੇ ਦੇਖੀ ਜਾਂਦੇ ਅਸੀਂ, ਅਤੇ ਹੁਣ ਆਪਾਂ ਇਹਨੂੰ ਬਿਲਕੁਲ ਨੇੜੇ ਦੇਖੀ ਜਾਂਦੇ ਹਾਂ। ਇਹਨਾਂ ਦੇ ਬਹੁਤਾ ਨੇੜੇ ਵੀ ਨਹੀਂ ਜਾਈਦਾ, ਕਈ ਵਾਰੀ ਮਾਰਨ ਵੀ ਪੈ ਜਾਂਦੇ ਆ, ਅਤੇ ਕਈ ਇਹਨਾਂ ਦੇ ਮਾਲਕ ਆ ਜਿਹੜੇ ਉਹ ਇਤਰਾਜ਼ ਕਰਨ ਲੱਗ ਪੈਂਦੇ ਹੁੰਦੇ ਆ।
ਦੂਰੋਂ ਦੂਰੋਂ ਆਪਾਂ ਇਹਨਾਂ ਨੂੰ ਦੇਖ ਸਕਦੇ ਹਾਂ। ਜਿਵੇਂ ਆਪਾਂ ਪਹਿਲਾਂ ਗੱਲਾਂ ਕਰਦੇ ਸੀ ਵੀ ਇਹਨਾਂ ਇਲਾਕਿਆਂ ਦੇ ਵਿੱਚ ਹਵਾਵਾਂ ਤੇਜ਼ ਚੱਲਦੀਆਂ ਨੇ, ਅਸੀਂ ਸਾਡੇ ਸਫ਼ਰ ਦੇ ਵਿੱਚ ਇਹੀ ਦੇਖਦੇ ਆਉਂਦੇ ਹਾਂ ਕਿ ਇਹ ਹਵਾਵਾਂ ਇਹਨਾਂ ਪੱਥਰਾਂ ਨੂੰ ਐਂ ਵੱਢੀ ਜਾਂਦੀਆਂ ਨੇ, ਐਂ ਵੱਢ ਵੱਢ ਤਰਾਸ਼ ਤਰਾਸ਼ ਕੇ ਐਵੇਂ ਆ। ਜਿਹੜੇ ਸਵੇਰੇ ਸਵੇਰੇ ਉੱਥੋਂ ਹੇਲ ਤੋਂ ਨਿਕਲਦਿਆਂ ਪਹਾੜ ਦੇਖੇ ਸੀ ਉਹ ਵੱਖਰੀ ਤਰ੍ਹਾਂ ਦੇ ਪਹਾੜ ਸੀਗੇ, ਪਰ ਹੁਣ ਇੱਧਰ ਜਿਵੇਂ ਜਿਵੇਂ ਆਈ ਜਾਂਦੇ ਹਾਂ ਇਹਨਾਂ ਦਾ ਰੰਗ ਰੂਪ ਸਾਰਾ ਕੁਛ ਬਦਲੀ ਜਾਂਦਾ, ਅਤੇ ਜਿਹੜਾ ਨੀਲਾ ਸਮਾਨ ਬੜਾ ਸੋਹਣਾ ਦਿੰਦਾ ਇੱਥੋਂ, ਅਤੇ ਜਿਹੜਾ ਆਪਾਂ ਐਂ ਤੁਰ ਫਿਰ ਕੇ ਆ ਸ਼ੋਟ ਲਈ ਜਾਂਦੇ ਹਾਂ ਇਹ ਗੱਡੀ ਦੇ ਵਿੱਚੋਂ ਤਾਹਾਂ ਨਿਕਲ ਕੇ ਐਂ ਦੇਖਣ ਦਾ ਇਹਨੂੰ ਨਜ਼ਾਰਾ ਆ ਰਿਹਾ, ਇੱਕ ਗਿੰਬਲ ਵਾਲੀ ਗੱਲਬਾਤ ਜੀ ਹੋ ਜਾਂਦੀ ਹੈ। ਕਿਆ ਬਾਤ, ਇਹੋ ਜਿਹੇ ਨਜ਼ਾਰੇ ਦੇਖਣ ਦਾ ਸਵਾਦ ਆਉਂਦਾ ਇਹਨਾਂ ਰਾਹਾਂ ਦੇ ਵਿੱਚ। ਸਾਊਦੀ ਅਰਬ ਦੀਆਂ ਫੋਟੋਆਂ ਦੇਖਦੇ ਹੁੰਦੇ ਸੀਗੇ ਅਤੇ ਇਹੋ ਜਿਹੀਆਂ ਥਾਵਾਂ ਦੇਖਦੇ ਸੀ, ਅਤੇ ਹੁਣ ਉਹਨਾਂ ਥਾਵਾਂ ਦੇ ਆਪਾਂ ਬਿਲਕੁਲ ਨਜ਼ਦੀਕ ਫਿਰਦੀਆਂ ਐਸੀ। ਹਾਂਜੀ ਹਾਂਜੀ, ਕਿੱਦਾਂ ਸਾਰੇ ਠੀਕ? ਸਾਰੇ ਲੈ ਹੌਲੀ ਕਰ ਲਾ, ਬਹਿ ਜੇ ਜਾਈਏ। ਹੁਣ ਮੁੰਡਿਆਂ ਨੇ ਰਾਇ ਬਣਾਈ ਆ ਵੀ ਇਹਦੇ ਥੋੜ੍ਹਾ ਜਿਹਾ ਉੱਤੇ ਚੜਾਂਗੇ ਆਪਾਂ ਉਤਰ ਕੇ, ਚੱਲੀਏ ਵੀਰ ਥੱਲੇ। ਇਹ ਜਿੰਨਾ ਆਪਾਂ ਲੈਂਡਸਕੇਪ ਦੇਖਦੇ ਇਹਦੀਆਂ ਗੱਲਾਂ ਕਰਦੇ ਹਾਂ, ਅਸਲ ਦੇ ਵਿੱਚ ਕੀ ਹੈ ਇਹ ਸਾਰਾ ਲਾਵਾ ਜਿਹਾ, ਇੱਥੋਂ ਇਹਦੇ ਦਿੱਖ ਤੋਂ ਪਤਾ ਲੱਗਦਾ ਵੀ ਇਹ ਪੰਘਲਿਆ ਜਿਹਾ ਹੋਇਆ ਕੰਮ ਆ ਸਾਰਾ, ਅਤੇ ਇਹੀ ਵਗਿਆ ਹੋਇਆ। ਜਿਹੜੀ ਹਿਮਾਲਿਆ ਪਰਬਤ ਲੜੀ ਆਪਣੇ ਵਾਲਾ ਇਲਾਕਾ ਉਹਦਾ ਹਿਸਾਬ ਕਿਤਾਬ ਹੋਰ ਹੁੰਦਾ, ਅਤੇ ਵੀਡੀਓ ਅਸੀਂ ਇਸੇ 'ਤੇ ਬਣਾਉਂਦੇ ਹੁੰਦੇ ਹਾਂ ਆਈਫੋਨ 14 ਪ੍ਰੋ ਮੈਕਸ, ਬਾਹਲੇ ਤੋਂ ਬਾਹਲੇ ਨਾਲ ਜੇ ਲੋੜ ਪਵੇ ਜਿਵੇਂ ਹਵਾ ਤੇਜ਼ ਵਗਦੀ ਆ ਤਾਂ ਮਾਈਕ ਵਰਤ ਲਈਦੇ ਆ। ਸੜਕਾਂ ਇਹ ਬਹੁਤ ਤੇਜ਼ ਆ, ਘੰਟੇ ਦੇ ਵਿੱਚ 100 ਕਿਲੋਮੀਟਰ ਬਾਟ ਕੱਢ ਕੇ ਅਸੀਂ ਥੋੜ੍ਹਾ ਜਿਹਾ ਪਹਾੜ ਦੇਖ ਕੇ ਉੱਥੇ ਰੁਕ ਜਾਂਦੇ ਹਾਂ ਅਤੇ ਉਹਨੂੰ ਦੇਖਣ ਲੱਗ ਜਾਈਦਾ। ਇਹ ਉਹੀ ਗੱਲ ਜਿਹੜੀ ਆਪਾਂ ਪਹਿਲਾਂ ਕਰੀ ਜਾਂਦੇ ਸੀਗੇ ਵੀ ਇਹ ਲਾਵਾ ਅਸਲ ਦੇ ਵਿੱਚ, ਇਹਨੂੰ ਮਾੜਾ ਜਿਹਾ ਸਮਝਦੇ ਹਾਂ ਕਿ ਠੂਹਾਂ ਵੀ ਨਾ ਬੈਠਾ ਹੋਵੇ। ਇਹ ਜਿਵੇਂ ਆਪਣੀ ਭੱਠੇ 'ਤੇ ਕੋਈ ਇੱਟ ਬਾਹਲੀ ਪੱਕ ਜਾਂਦੀ ਹੁੰਦੀ ਆ, ਇਹ ਉਵੇਂ ਦੀ ਚੀਜ਼ ਆ, ਇਹ ਵੱਧ ਪੱਕਿਆ ਹੋਇਆ ਮਿੱਟੀ ਆ, ਸਮਝੀ, ਵੱਧ ਪੱਕੀ ਹੋਈ ਆ, ਐਂ ਆਵਾਜ਼ ਕਰਦੀ ਹੈ, ਅਤੇ ਇਹ ਸਾਰੇ ਐਵੇਂ ਦੇ ਆ ਪਹਾੜ ਬਣੇ ਹੋਏ ਆ। ਹਵਾਵਾਂ ਤੇਜ਼ ਆ, ਇਹਨਾਂ ਨੂੰ ਛਿੱਲ ਛਿੱਲ ਕੇ ਵਿੱਚ ਪਿੱਛੇ ਇਹੋ ਜਿਹੇ ਪਹਾੜ ਦੇਖੇ ਅਸੀਂ, ਛਿੱਲ ਛਿੱਲ ਕੇ ਜਿਨ੍ਹਾਂ ਨੂੰ ਖੁੰਬਾਂ ਬਣਾਤਾ ਇਹਨੇ ਹਵਾ ਨੇ। ਇੱਧਰ ਨੂੰ ਹਵਾ ਦਾ ਮਹਾਨ ਵੀ ਇੱਧਰ ਅਲੂਲਾ ਵੱਲ ਨੂੰ ਵਗਦਾ ਸਾਰੇ ਪਾਸੇ, ਐਂ ਲੱਗਦਾ ਪਲੈਨਟ ਹੀ ਹੋਰ ਹੁੰਦਾ ਇਹ। ਇਹ ਚੀਜ਼ਾਂ ਐਂ ਦੇਖਣ ਨੂੰ ਮਿਲ ਜਾਂਦੀਆਂ ਸਫ਼ਰ ਕਰਦਿਆਂ 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 ਕਰਦਿਆਂ। ਅੱਛਾ, ਆਹ ਮੁੰਡੇ ਆਪਣੇ ਸੱਚ ਦੋਵੇਂ ਹੀ ਖਿਡਾਰੀ ਨੇ। ਇਹ ਮੈਂ ਥੋੜ੍ਹੀ ਜਿਹੀ ਇੰਟਰੋਡਕਸ਼ਨ ਦੁਬਾਰੇ ਦੇ ਦਾਂ, ਇੱਕ ਦਾ ਨਾਂ ਸਤਿੰਦਰ ਆ ਅਤੇ ਦੂਜੇ ਦਾ ਨਾਂ ਨਿਰਮਲ ਆ। ਸਤਿੰਦਰ ਅਤੇ ਨਿਰਮਲ ਦੋਵੇਂ ਆਲਰਾਊਂਡਰ ਆ ਅਤੇ ਕੁਵੈਤ ਦੀ ਕ੍ਰਿਕਟ ਟੀਮ 'ਚ ਖੇਡਦੇ ਆ, ਅਤੇ ਆਪਦੇ ਕੰਮ ਕਾਜ ਆ ਤਾਂ ਕਰਕੇ ਇਹਨਾਂ ਕੋਲ 3-4 ਦਿਨਾਂ ਦੀਆਂ ਛੁੱਟੀਆਂ ਆਪ ਹੀ ਲੈ ਲੈਂਦੇ ਆ, ਆਪਦੇ ਕਰਤ ਧਰਤ ਆਪ ਹੀ ਨੇ, ਤਾਂ ਕਰਕੇ ਅਸੀਂ ਇਕੱਠੇ ਇੱਧਰ ਨੂੰ ਘੁੰਮਣ ਨਿਕਲੇ ਹੋਏ ਹਾਂ। ਕ੍ਰਿਕਟ ਦੇ ਸ਼ੌਕੀਨ ਆ ਮੁੰਡੇ, ਸੋਸ਼ਲ ਮੀਡੀਆ ਇਹ ਦੋਵੇਂ ਜਣੇ ਘੱਟ ਸਕਰੋਲ ਕਰਦੇ ਆ, ਅੱਡੋ ਅੱਡੀ ਹਿਸਾਬ ਕਿਤਾਬ ਹੁੰਦਿਆਂ ਬੰਦਿਆਂ ਦਾ, ਖੇਡਾਂ ਨਾਲ ਜੁੜੇ ਹੋਏ ਆ। ਵੜ ਵੜ ਕੇ ਮਿੱਟੀ ਨੇ ਤਰਾਛਿਆ ਹੋਇਆ ਨਾ ਇਹਨੂੰ, ਵੇਖ ਲਾ ਯਾਰ, ਹੈ ਕੁਦਰਤ ਅਲੋਲਾ ਵੱਲ ਇੱਦੋਂ ਵੀ ਵੱਧ ਹੋਣਗੇ, ਅਲੋਲਾ ਵੱਲ ਬਹੁਤ ਸਾਰੇ ਪੱਥਰ ਦੁਨੀਆਂ 'ਤੇ ਅਸੀਂ ਖੰਭੇ ਛਾਪ ਵੱਢੇ ਹੋਏ ਆ, ਸੜਕ ਵੀ ਐਂ ਬਲ ਪਾ ਪਾ ਦਿੰਦੀ ਹੈ ਇੱਥੋਂ, ਬਲੇਡ ਅਰਗਾ ਬਣਿਆ ਵਾ ਕਦੇ ਤਿੱਖਾ ਤਿੱਖਾ, ਆਹ ਰੰਬਲ ਵੱਢੀ ਜਾਂਦੀ ਆ, ਸੈਂਡ ਵੱਜਦੀ ਆ ਨਾ ਵਿੱਚ, ਇਹ ਤੁਹਾਡੇ ਵਾਲਾ ਕੰਮ ਹੀ ਆ ਗਿਆ ਬਾਈ, ਸੈਂਡ ਬਲਾਸਟਿੰਗ ਵਾਲਾ।
ਚਲੀਏ ਵੀਰੇ ਫਿਰ ਆਪਾਂ ਵਧੀਏ ਗਾਹ ਨੂੰ, ਇੱਕ ਅੱਧੀ ਫੋਟੋ ਖਿੱਚ ਦਿਓ ਸੋਹਣੀ ਜੀ। ਇਹ ਉੱਚੀ ਥਾਂ 'ਤੇ ਖੜ੍ਹ ਕੇ ਜਦੋਂ ਆਪਾਂ ਸੜਕ ਨੂੰ ਦੇਖਦੇ ਹਾਂ ਤਾਂ ਧੁਰੋ ਧੁਰ ਸੜਕ ਐਂ ਦਿਸਦੀ ਆ, ਧੁੱਪ ਮਿੱਠੀ ਮਿੱਠੀ ਆ, ਪਾਲਾ ਵੀ ਹੈਗਾ, ਅਤੇ ਇਹ ਧੁੱਪ ਦੇ ਵਿੱਚ ਸਾਰਾ ਘਾਹ ਸਾਰੇ ਰੰਗ ਬਹੁਤ ਸੋਹਣੇ ਦਿੰਦੇ ਆ, ਲਾਲ ਜਿਹਾ ਇਹ ਆਲਾ ਦੁਆਲਾ ਸਾਰਾ। ਅਤੇ ਜਿਹੜੀ ਥਾਂ 'ਤੇ ਹੁਣ ਖੜ੍ਹੇ ਹਾਂ ਇੱਥੋਂ ਅਲੋਲਾ 150 ਕਿਲੋਮੀਟਰ ਦੂਰ ਆ, ਵਾਟਾਂ ਕੱਢਦੇ ਹਾਂ ਪਹੁੰਚਦੇ ਹਾਂ ਅਤੇ ਦੇਖਦੇ ਹਾਂ ਸਾਊਦੀ ਅਰਬ ਦਾ ਸਭ ਤੋਂ ਸ਼ਾਨਦਾਰ ਜਗ੍ਹਾ, ਸਭ ਤੋਂ ਸੋਹਣੀ ਜਗ੍ਹਾ ਅਲੋਲਾ। ਲੰਮੇ ਹੁੰਦੇ ਪਰਛਾਵਿਆਂ ਦੇ ਨਾਲ ਨਾਲ ਆਪਾਂ ਅਲੋਲਾ ਦੇ ਬਿਲਕੁਲ ਨੇੜੇ ਪਹੁੰਚ ਗਏ, 30 ਕਿਲੋਮੀਟਰ ਬਾਕੀ ਹੋਣਾ ਇੱਥੋਂ। ਪਰ ਇਹ ਪਹਾੜ ਆ ਜਿਹੜੇ ਇਹ ਰੋਕਦੇ ਆ ਬੰਦੇ ਨੂੰ ਵਾਰੀ ਵਾਰੀ, ਕਿਉਂਕਿ ਇਹ ਬਹੁਤ ਸੋਹਣੀ ਜਗ੍ਹਾ ਹੈ ਇਹ, ਅਤੇ ਇੱਥੇ ਪਿੱਛੇ ਇੱਕ ਕਿਸੇ ਕੰਪਨੀ ਦਾ ਕੈਂਪ ਜਿਹਾ ਵੀ ਬਣੀ ਜਾਂਦਾ ਐਡੀ ਸੋਹਣੀ ਥਾਂ 'ਤੇ। ਅਤੇ ਉਹੀ ਆ ਹਵਾਵਾਂ ਨੇ ਸਾਰੇ ਇਹਨਾਂ ਪੱਥਰਾਂ ਨੂੰ ਵੱਢਿਆ ਹੋਇਆ, ਅਤੇ ਵਾੜ ਉਹ ਪੂਰੀ ਐਨ ਦਿੰਦੀ ਆ। ਲੱਦਾਖ ਦੇ ਇਲਾਕੇ ਦੇ ਵਿੱਚ ਵੀ ਕਿਤੇ ਕਿਤੇ ਇਹੋ ਜਿਹੇ ਪਹਾੜ ਦਿਖਦੇ ਆ ਜਿੱਥੇ ਹਵਾਂ ਨੇ ਵੱਢਿਆ ਹੋਇਆ, ਅਤੇ ਉਹ ਮਿੱਤਰ ਬੇਲੀ ਆਪਦੇ ਯਾਰਾਂ ਬੇਲੀਆਂ ਨੂੰ ਵੀਡੀਓ ਕਾਲ ਕਰਕੇ ਦਿਖਾਈ ਜਾਂਦੇ ਆ ਕਿ ਭਾਈ ਆਹ ਥਾਂ ਸਾਊਦੀ ਅਰਬ ਦੀ ਜਿਹੜੀ ਤੁਸੀਂ ਛੱਡੀ ਬੈਠੇ ਹੋ ਅਤੇ ਜਿਹੜੀ ਦੇਖਣ ਵਾਲੀ ਆ। ਸ਼ਾਮ ਦਾ ਸਮਾਂ ਹੋ ਗਿਆ 6:18, ਟੈਂਪਰੇਚਰ ਬਾਹਰਲਾ 19°, ਅਤੇ ਇੱਕ ਇੱਥੇ ਐਲੀਫੈਂਟ ਰੌਕ ਆ, ਬਹੁਤ ਸੋਹਣੀ ਜਗ੍ਹਾ ਉਹ, ਪੱਥਰ ਕੱਟਿਆ ਹੋਇਆ ਹਵਾ ਨੇ ਜਿਵੇਂ ਇੱਕ ਹਾਥੀ ਹੁੰਦਾ, ਉਹਨੂੰ ਦੇਖਣ ਚੱਲਦੇ ਹਾਂ। ਮੂਹਰੇ ਬਹੁਤ ਸਾਰੀਆਂ ਗੱਡੀਆਂ, ਕੱਚਾ ਰਾਹ ਅਤੇ ਰੇਤਾ ਰਾਵਾ ਇੱਥੇ ਉੱਡੀ ਜਾਂਦਾ, ਅਤੇ ਜਾਂਦੀ ਜਾਂਦੀ ਧੁੱਪ ਇਹਨਾਂ ਪਹਾੜਾਂ 'ਤੇ ਪਈ ਜਾਂਦੀ ਆ ਇਹਨਾਂ ਪੱਥਰਾਂ 'ਤੇ। ਸਾਹਮਣੇ ਆ ਲੈ ਬਾਈ, ਇੱਥੇ ਲਾਤੀ ਸਾਹਮਣੇ ਜਿਹੜੇ ਪਹਾੜ ਆ ਇਹਨਾਂ ਨੂੰ ਕਿਹਾ ਜਾਂਦਾ ਐਲੀਫੈਂਟ ਰੌਕਸ। ਥੱਲੇ ਚੱਲ ਕੇ ਦੇਖਦੇ ਹਾਂ ਆਪਾਂ ਇਹਨਾਂ ਨੂੰ, ਨੇੜੇ ਨੂੰ ਦੇਖਦੇ ਹਾਂ। ਆਹ ਬਹੁਤ ਸ਼ਾਨਦਾਰ ਫਰੇਮ ਆ, ਐਲੀਫੈਂਟ ਰੌਕ, ਪਾਰਕਿੰਗ ਜ਼ੋਨ, ਕੈਫੇ, ਵੈਲਕਮ ਰਿਸੈਪਸ਼ਨ। ਰੇਤਿਆਂ ਦੇ ਵਿੱਚ ਹਵਾ ਨੇ ਵੱਢ ਵੱਢ ਕੇ ਇੱਕ ਪੱਥਰ ਨੂੰ ਐਂ ਬਣਾਤਾ ਜਿਵੇਂ ਉਹ ਹਾਥੀ ਹੁੰਦਾ। ਕਿੱਡੀ ਸੋਹਣੀ ਛਾਏ ਆ ਇਹ, ਜਦੋਂ ਆਪਾਂ ਸਾਊਦੀ ਅਰਬ ਨੂੰ ਲੱਭਦੇ ਹਾਂ ਨਾ ਨੈੱਟ 'ਤੇ ਤਾਂ ਉਹਦੇ ਵਿੱਚ ਆਹ ਫੋਟੋ ਮੂਹਰੇ ਲੈ ਆਉਂਦੇ ਹੁੰਦੇ ਆ,
ਵਿਆਹ ਤੁਸੀਂ ਅਲੋਲਾ ਲਿਜਾ ਕੇ ਜ਼ਰੂਰ ਦੇਖਿਓ ਅਤੇ ਆਪਾਂ ਉਹ ਜਗ੍ਹਾ ਨੂੰ ਇਸ ਵੇਲੇ ਦੇਖੀ ਜਾਂਦੇ ਹਾਂ। ਇਹ ਜਗ੍ਹਾ ਨੂੰ ਖੜ੍ਹ ਕੇ ਆਪਾਂ ਚੰਗੀ ਤਰ੍ਹਾਂ ਦੇਖਦੇ ਹਾਂ, ਇੱਥੇ ਫੋਟੋ ਫੋਟੋ ਖਿਚਾਉਣ ਦਾ ਫਿਰ ਖਾਸ ਰੁਝਾਨ ਆ, ਕਿਉਂਕਿ ਇੱਥੇ ਸਿੰਬਲ ਹੀ ਆ, ਇਹ ਆਈਕਨ ਜਿਹਾ ਹੀ ਆ ਸਾਊਦੀ ਅਰਬ ਦਾ। ਇਹ ਸਾਰੇ ਪਹਾੜ ਹੀ ਇਸੇ ਤਰ੍ਹਾਂ ਦੇ ਆ, ਉੱਧਰ ਗੱਡੀਆਂ ਗੁੱਡੀਆਂ ਲਿਜਾਣ ਦੀ ਪ੍ਰਵਾਨਗੀ ਹੈ ਤਾਂ ਗੱਡੀਆਂ ਲਈ ਫਿਰਦੇ ਆ ਲੋਕ। ਇਹਨਾਂ ਪਹਾੜਾਂ ਦੇ ਵਿੱਚ ਹੀ ਇਹਨਾਂ ਦੇ ਰੇਤ ਭਰੀ ਹੁੰਦੀ ਆ, ਅਤੇ ਟੂਰਿਜ਼ਮ ਨੂੰ ਜਿਵੇਂ ਇਹਨਾਂ ਨੇ ਵਧਾਇਆ ਹੋਇਆ, ਇੱਥੇ ਕੈਫੇ ਕੂਫੇ ਅਤੇ ਸਾਰਾ ਕੁਛ ਬਣਾਇਆ ਹੋਇਆ, ਉਹ ਜਗ੍ਹਾ ਜਾ ਕੇ ਦੇਖਦੇ ਹਾਂ। ਬਾਕੀ ਰਾਹ ਦੇ ਵਿੱਚ 150-200 ਕਿਲੋਮੀਟਰ ਕਿਤੇ ਚਾਹ ਵੀ ਨਹੀਂ ਮਿਲਦੀ, ਇੰਨਾ ਮਤਲਬ ਕਿ ਇਹ ਖਾਲੀ ਬਣ ਜਾਏ। ਜਿਵੇਂ ਆਹ ਜਗ੍ਹਾ ਮਸ਼ਹੂਰ ਆ, ਇੱਥੇ ਵੀ ਕੋਈ ਬਹੁਤੇ ਲੋਕ ਨਹੀਂ, ਬਿਰਲੇ ਟਾਵੇਂ ਨੇ, ਇੱਕ ਥਾਂ ਖੁੱਲ੍ਹਾ ਕਰਕੇ ਉਹਨਾਂ ਦੱਖ ਜਾ ਨਹੀਂ ਦਿੰਦੇ। ਹਾਥੀ ਦੀਆਂ ਲੱਤਾਂ ਤਾਂ ਸੁੰਡ ਦੇ ਵਿਚਕਾਰ ਦੀ ਨਿਕਲੀ ਜਾਂਦੇ ਹੁਣ ਆਪਾਂ, ਇਹਨੂੰ ਪਰਲੇ ਪਾਸੇ ਜਾ ਕੇ ਦੇਖਾਂਗੇ, ਉੱਧਰੋਂ ਥੋੜ੍ਹੀ ਜਿਹੀ ਰੌਸ਼ਨੀ ਵੀ ਪੈਂਦੀ ਆ। ਉੱਥੇ ਤਾਂ ਖਰ ਸੁੱਖ ਨਾਲ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ, ਰੇਤਿਆਂ ਦੇ ਵਿੱਚ ਕੁਰਸੀਆਂ ਕਰਸੀਆਂ ਡਾਹੀ ਬੈਠੇ ਆ, ਇੱਕ ਨੰਬਰ ਮਾਹੌਲ ਹੈ ਇੱਥੋਂ ਦਾ। ਅਤੇ ਉਹ ਪਹਾੜ ਦੇ ਨਾਲ ਨਾਲ ਜਾਂਦਾ ਜਾਂਦਾ ਸੂਰਜ ਵਿੱਚ ਮਾੜਾ ਮੋਟਾ ਦੱਖ ਜਾ ਦਿੰਦਾ, ਟਾਈਮ ਤਾਂ ਖੈਰ ਬਹੁਤ ਹੋ ਗਿਆ। ਸਾਹਮਣੇ ਓਪਨ, ਹਾਂ ਉੱਥੋਂ ਕੱਟ ਕੇ ਜੇ ਬਣਾਇਆ ਜਿਵੇਂ ਉਹ ਮੰਦਰਾਂ 'ਚ ਬਣਿਆ ਹੁੰਦਾ ਨਾ, ਤਾਂ ਜੀ ਉਵੇਂ ਦਾ। ਇੱਧਰਲੇ ਪਾਸੇ ਖੜ੍ਹ ਕੇ ਦੇਖਦੇ ਤਾਂ ਫਿਰ ਇਹਦੀ ਸ਼ੇਪ ਜ਼ਿਆਦਾ ਵਧੀਆ ਲੱਗਦੀ ਆ, ਪੂਰਾ ਵਧੀਆ ਦਿਸ ਰਿਹਾ ਇਸ ਤੋਂ ਇਸ ਵੇਲੇ। ਇਹ ਉੱਥੋਂ ਦੀ ਉੱਡਦੇ ਹੋਏ ਪੰਛੀ, ਪੰਛੀਆਂ ਦੀਆਂ ਆਵਾਜ਼ਾਂ, ਅਤੇ ਫਿਰਦੇ ਹੋਏ ਲੈ ਲੋਕ ਅਤੇ ਐਲੀਫੈਂਟ ਰੌਕ ਇਸ ਵੇਲੇ ਆਪਣੀ ਸਕਰੀਨ 'ਤੇ। ਜਿਵੇਂ ਜਿਵੇਂ ਦਿਨ ਢਲਦਾ ਹਨੇਰਾ ਹੁੰਦਾ ਅਤੇ ਇੱਥੇ ਲਾਈਟਿੰਗ ਬਹੁਤ ਕਮਾਲ ਦੀ ਕੀਤੀ ਹੋਈ ਆ, ਹਵਾ ਪੱਥਰ 'ਤੇ ਲਾਈਟਾਂ ਵੱਜਣੀਆਂ ਸ਼ੁਰੂ ਹੋ ਜਾਣਗੀਆਂ ਇਹ ਤੋਂ ਬਾਅਦ, ਅਤੇ ਚਹਿਲ ਕਦਮੀ ਇੱਥੇ ਵਧੀ ਜਾਂਦੀ ਆ। ਸਾਨੂੰ ਲੰਮਾ ਸਮਾਂ ਹੋ ਗਿਆ ਚਾਹ ਪਾਣੀ ਕੁਛ ਨਹੀਂ ਟੱਕਰਿਆ ਸੀਗਾ, ਹੁਣ ਇੱਧਰ ਬਣੇ ਹੋਏ ਨੇ, ਉੱਥੇ ਬਹਿ ਕੇ ਖਾਵਾਂਗੇ ਪੀਵਾਂਗੇ ਗੱਲਾਂ ਬਾਤਾਂ ਕਰਾਂਗੇ ਅਤੇ ਇਹ ਰੌਣਕ ਮੇਲੇ ਨੂੰ ਨੇੜਿਓਂ ਦੇਖਾਂਗੇ। ਇੱਥੇ ਬੈਠਣ ਵਾਸਤੇ ਥਾਵਾਂ ਤਾਂ ਬਣੀਆਂ ਹੋਈਆਂ ਨੇ ਪਰ ਘੱਟ ਨੇ, ਅਤੇ ਉਹ ਰਿਜ਼ਰਵ ਕਰਾਉਣੀਆਂ ਪੈਂਦੀਆਂ ਪਹਿਲਾਂ। ਰੇਤਾ ਜਿਹਾ ਪੱਟ ਕੇ ਵਿੱਚ ਕੁਰਸੀਆਂ ਡਾਹੀ ਬੈਠੇ ਆ, ਅਤੇ ਜਾਂ ਕੀ ਕੀਤਾ ਹੋਇਆ ਇਹਨਾਂ ਨੇ, ਆ ਊਂ ਸੋਫੇ ਸਾਫੇ ਬਾਹਰ ਡਾਹੇ ਹੋਏ ਆ, ਇਹੋ ਜਿਹੇ ਇੱਥੇ ਟਿਕਾਣੇ ਬਣੇ ਹੋਏ ਜਿੱਥੋਂ ਲੋਕ ਆਪਦੀ ਕੌਫੀ ਕੂਫੀ ਫੜਦੇ ਆ ਅਤੇ ਬਹਿੰਦੇ ਜਾਂਦੇ ਆ, ਲਾਈਟ ਵਧਾਈ ਜਾਂਦੇ ਆ ਜਿਵੇਂ ਜਿਵੇਂ ਇਹ ਹਨੇਰਾ ਹੋਣਾ ਸ਼ੁਰੂ ਹੋ ਰਿਹਾ। ਸਾਊਦੀ ਅਰਬ ਦੇ ਵਿੱਚ ਅਲੋਲਾ ਦੇ ਨੇੜੇ ਇਹ ਜਗ੍ਹਾ ਜਿੱਥੇ ਆਪਾਂ ਇਸ ਵੇਲੇ ਖੜ੍ਹੇ ਹਾਂ। ਭਾਰਤ ਦੇ ਵਿੱਚ ਬਹੁਤ ਸਾਰੇ ਪਹਾੜੀ ਸਟੇਟ ਆ ਜਿਵੇਂ ਹਿਮਾਚਲ, ਉੱਤਰਾਖੰਡ, ਉੱਥੇ ਟਰੈਕਿੰਗ ਹੁੰਦੀ ਆ, ਉਹ ਸਟੇਟਾਂ ਉਹ ਤੋਂ ਪੈਸਾ ਕਮਾਉਂਦੀਆਂ ਨੇ। ਨੇਪਾਲ ਦੇ ਉੱਚੇ ਪਹਾੜ ਨੇ, ਨੇਪਾਲ ਉਹਨਾਂ ਤੋਂ ਪੈਸੇ ਕਮਾਉਂਦਾ। ਜਿਹੜੇ ਦੇਸ਼ ਕੋਲ ਜਿਹੜੀ ਵੀ ਆਪਦੀ ਜਗ੍ਹਾ ਹੁੰਦੀ ਆ ਉਹਨੂੰ ਉਹ ਟੂਰਿਜ਼ਮ ਲਈ ਵੀ ਡਿਵੈਲਪ ਕਰ ਲੈਂਦੇ ਆ, ਅਤੇ ਉੱਥੇ ਲੋਕ ਆਉਂਦੇ ਆ, ਖਾਂਦੇ ਆ, ਪੀਂਦੇ ਆ, ਬਹਿੰਦੇ ਆ। ਸੋਹਣੀ ਗੱਲ ਸਾਨੂੰ ਇਹ ਲੱਗੀ ਵੀ ਸਾਨੂੰ ਐਸ ਵੀ ਤਾਂ ਟਿਕਟ ਲੱਗਦੀ ਹੋਣੀ ਆ, ਪਰ ਇੱਥੇ ਕੋਈ ਟਿਕਟ ਨਹੀਂ, ਫਰੀ ਆ ਕੰਮ, ਅਤੇ ਬਸ ਆਪਦਾ ਬੰਦਾ ਖਾ ਪੀ ਲੈਂਦਾ, ਦੇਖ ਲੈਂਦਾ ਇਸ ਜਗ੍ਹਾ ਨੂੰ। ਹੁਣ ਇੱਥੋਂ ਅਸੀਂ ਕੌਫੀ ਫੜਾਂਗੇ ਅਤੇ ਗਾਂਹ ਨੂੰ ਜਾਵਾਂਗੇ, ਤਾਂ ਨੂੰ ਥੋੜ੍ਹਾ ਜਿਹਾ ਪਹਾੜਾਂ 'ਤੇ ਹੋਰ ਚੜਾਂਗੇ, ਫਿਰ ਉਸ ਤੋਂ ਬਾਅਦ ਅਲੋਲਾ ਸ਼ਹਿਰ ਵੱਲ ਜਾਵਾਂਗੇ। ਚਾਨਣ ਪਿਆ ਮੂੰਹ 'ਤੇ ਵਧੀਆ, ਬਸ ਇਹੀ ਆ।
ਰਾਤ ਦੇ 8 ਵਜੇ ਦਾ ਸਮਾਂ ਹੋ ਗਿਆ ਤੇ ਇਸ ਵੇਲੇ ਆਪਾਂ ਅਲੋਲਾ ਸ਼ਹਿਰ ਦੇ ਬਾਹਰ ਪਹੁੰਚ ਗਏ। ਇੱਥੇ ਕੀ ਆ, ਅਲੋਲਾ ਇੱਕ ਪੁਰਾਣਾ ਟਾਊਨ ਬਣਿਆ ਹੋਇਆ ਤੇ ਟਾਊਨ ਦੇ ਬਾਹਰ ਸਾਰੀਆਂ ਕਾਰਾਂ ਪਾਰਕ ਕਰ ਦਿੰਦੇ ਆ। ਉਦੋਂ ਗਾਂ ਇੱਥੋਂ ਦੀਆਂ ਕੁੜੀਆਂ ਰਿਕਸ਼ੇ ਚਲਾਉਂਦੀਆਂ ਨੇ, ਈ ਰਿਕਸ਼ਾ, ਉਹ ਸਾਰਿਆਂ ਨੂੰ ਸਵਾਰੀਆਂ ਨੂੰ ਭਾ ਕੇ ਤੇ ਸ਼ਹਿਰ ਦੇ ਵਿੱਚ ਲੈ ਕੇ ਜਾਂਦੇ ਆ, ਸ਼ਹਿਰ ਦਿਖਾ ਕੇ ਫਿਰ ਦੁਬਾਰਾ ਇੱਥੇ ਬਾਹਰ ਛੱਡ ਜਾਂਦੇ ਆ। ਅਤੇ ਨਿਊ ਟਾਊਨ ਆ ਜਿੱਥੇ ਹੋਟਲ ਹਾਟਲ ਬਣੇ ਆ, ਰਹਿਣ ਸਹਿਣ ਦਾ ਢੰਗ ਢੰਗ ਬਣਿਆ, ਉਹ ਇੱਥੋਂ ਅੱਡ ਆ। ਹੁਣ ਆਪਾਂ ਉੱਧਰ ਨੂੰ ਚੱਲਦੇ ਹਾਂ, ਅਲੋਲਾ ਟਾਊਨ। ਇੱਕ ਕੁੜੀ ਨੇ ਆਪਾਂ ਨੂੰ ਈ ਰਿਕਸ਼ੇ 'ਤੇ ਪਾਇਆ ਅਤੇ ਇੱਥੋਂ ਤੱਕ ਛੱਡ ਕੇ ਗਈ ਆ, ਅਤੇ ਵੀਡੀਓ ਬਣਾਉਣ ਦੀ ਆਪਾਂ ਉੱਥੇ ਵੀਡੀਓ ਨਹੀਂ ਬਣਾਈ। ਉਹਦਾ ਕਾਰਨ ਆ ਵੀ ਪਰਦਾ ਇੱਥੇ ਬਹੁਤ ਵੱਡੀ ਗੱਲਬਾਤ ਆ। ਇਹਨੂੰ ਦੇਖਦੇ ਹਾਂ, ਸਾਹਮਣੇ ਹੁੰਦੇ ਸਦਾ ਓਲਡ ਟਾਊਨ ਅਲੋਲਾ। ਜਿਹੜੇ ਪਿੰਡ ਦੇ ਵਿੱਚ ਫਿਰਦੇ ਹਾਂ ਆਪਾਂ, ਇਹ ਬਹੁਤ ਹੀ ਸ਼ਾਨਦਾਰ ਜਗ੍ਹਾ, ਬਹੁਤ ਹੀ ਜ਼ਿਆਦਾ ਆ, ਗਲੀਆਂ ਗੁਲੀਆਂ ਬਣਾਈਆਂ ਹੋਈਆਂ ਨੇ। ਅਤੇ ਪਰ ਗੱਲ ਇਹ ਆ ਵੀ ਇਹਨੂੰ ਆਪਾਂ ਕੱਲ੍ਹ ਦਿਨੇ ਦੇਖਾਂਗੇ, ਹੁਣ ਨਾ ਦੇਖਣ ਦਾ ਕਾਰਨ ਇਹ ਆ ਵੀ ਜਿਹੜੀਆਂ ਅਸਲ 'ਚ ਚੀਜ਼ਾਂ ਕੈਮਰੇ 'ਚ ਕੈਦ ਹੋਣੀਆਂ ਉਹ ਨਹੀਂ ਦਿੱਤੀਆਂ ਦੇਖੀਆਂ ਜਾਣੀਆਂ। ਉਹ ਮੋਟਾ ਮੋਟਾ ਅਸੀਂ ਗੇੜਾ ਇਸ ਟਾਊਨ ਦਾ ਮਾਰ ਆਏ। ਜਿਹੜਾ ਸਾਹਮਣੇ ਸ਼ਹਿਰ ਦਿਸਦਾ, ਪਹਿਲਾਂ ਸੀਗਾ ਓਲਡ ਸਿਟੀ ਅਤੇ ਇਹ ਨਿਊ ਸਿਟੀ ਆ। ਇਹਦੇ 'ਚ ਕਾਰਾਂ ਵੀ ਜਾਂਦੀਆਂ, ਲੋਕ ਵੀ ਜਾਂਦੇ ਆ, ਸਾਰਾ ਕੁਝ ਮਾਹੌਲ ਤਕੜਾ ਖੈਰ ਇੱਥੋਂ ਦਾ। ਇੱਥੇ ਰੋਟੀ ਪਾਣੀ ਖਾ ਕੇ ਨਿਕਲੇ ਹਾਂ ਅਤੇ ਹੁਣ ਕੋਈ ਟਿਕਾਣਾ ਲੱਭਦੇ ਹਾਂ, ਕੋਈ ਹੋਟਲ ਲੱਭਦੇ ਹਾਂ ਅਤੇ ਰਾਤ ਨੂੰ ਅੱਜ ਉੱਥੇ ਪੈਂਦੇ ਹਾਂ। ਰਾਤ ਨੂੰ ਬਹੁਤ ਮੱਥਾ ਮਾਰਿਆ, 2-2.5 ਘੰਟੇ ਲੱਗ ਗਏ ਸਾਨੂੰ ਕਮਰਾ ਲੱਭਦਿਆਂ ਲੱਭਦਿਆਂ ਨੂੰ ਹੀ। ਬੈੱਡ ਜੇ ਨਕਸ਼ੇ 'ਤੇ ਬਹੁਤ ਬਣੇ ਹੋਏ ਸੀ ਕਿਤੇ, ਪਰ ਮਿਲਿਆ ਕੋਈ ਵੀ ਨਹੀਂ ਸੀ। ਅਤੇ ਫਿਰ ਇੱਥੇ ਇੱਕ ਲੱਭਿਆ ਅਸੀਂ ਅਤੇ ਮਿਲਿਆ ਕਮਰਾ ਸੋਹਣਾ ਅਤੇ ਗੇਟ ਦੇ ਬਿਲਕੁਲ ਨਾਲ। ਚੱਲ ਬਈ ਨਿਰਮਲ ਸਿੰਘ, ਆਹ ਕਮਰਾ ਵੀ ਦਿੱਤਾ ਇਹਨਾਂ ਨੇ, ਹਾਂ ਖੁੱਲ੍ਹਾ ਡੁੱਲਾ ਨਾ। ਅਜੇ ਪਤਾ ਗੱਦਾ ਨਹੀਂ ਮੰਗਿਆ ਇੱਕ, ਗੱਦਾ ਇੱਥੇ ਫਿਰਦਾ ਹੋਣਾ ਬੇਲੀ, ਉਹਨੂੰ ਆਵਾਜ਼ ਮਾਰਨ ਲੱਗਿਆ ਸਾਨੂੰ ਅੱਖਾਂ ਦੇ ਗੱਦਾ। ਖੱਜਲ ਖੁਆਰ ਹੁੰਦਿਆਂ ਨੇ ਅਸੀਂ ਆਹ ਸ਼ਾਨਦਾਰ ਕਮਰੇ ਦੇ ਵਿੱਚ ਟਿਕਾਣਾ ਕੀਤਾ ਅਤੇ ਟਿਕਾਣਾ ਰਾਤ ਦੇ 12 ਵੱਜ ਗਏ, 12 ਕੁ ਵਜੇ ਅਸੀਂ ਵਜੇ ਦੇ ਲਗਭਗ ਅਸੀਂ ਆਹ ਕਮਰਾ ਲੱਭਿਆ। ਠੀਕ ਆ ਨਿਰਮਲ ਬਾਈ, ਨਿਰਮਲ ਸਿੰਘ ਓਕੇ ਆ। ਅਤੇ ਮਿਲਦੇ ਹਾਂ ਆਪਾਂ ਕੱਲ੍ਹ ਨੂੰ, ਬਹੁਤ ਸੋਹਣੀਆਂ ਥਾਵਾਂ ਦੇਖਾਂਗੇ ਅਲੋਲਾ ਸ਼ਹਿਰ ਦੀਆਂ। ਇਹ ਸ਼ਹਿਰ ਸਿਰਫ ਘੁੰਮਣਾ ਫਿਰਨ ਲਈ ਆ, ਤਾਂ ਕਰਕੇ ਮਹਿੰਗਾ ਬਹੁਤ ਆ ਇਹ। ਜਿਵੇਂ ਆਹ ਕਮਰਾ ਲਿਆ ਸੀ, ਇਹ ਸਾਨੂੰ 450 ਰਿਆਲ ਵਾਂਗੂ ਕਹਿੰਦਾ ਸੀਗਾ, ਉਹ ਬੰਗਲਾਦੇਸ਼ ਦਾ ਬੰਦਾ ਸੀਗਾ। ਤਾਂ ਕਰਕੇ ਖੱਜਲ ਖੁਆਰੀ ਜੀ ਕਰਦੇ, ਮੁੜਦੇ ਕਰਦੇ ਵੀ ਜਾਂਦੇ ਹਾਂ, ਤਾਂ ਹੋਰ ਕਿਤੇ ਜਾ ਬਣਾਂਗੇ। ਉਹਨੂੰ ਵੀ ਪਤਾ 12 ਵੱਜ ਕੇ ਦੁਬਾਰਾ ਕਮਰਾ ਕਿਹਨੇ ਲੈਣਾ, ਪਰ ਹੈਂ ਕਰਦੇ ਕਰਾਉਂਦੇ ਅਸੀਂ 300 ਰੁਪਈਏ 'ਚ ਗੱਲ ਕੀਤੀ, 300 ਰਿਆਲ ਆਪਣਾ ਕਿੰਨਾ ਬਣ ਗਿਆ, 300 ਗੁਣਾ 22, 7,000 ਦਾ ਗੇੜ ਮੰਨ ਕੇ ਚੱਲੀਏ। ਕਿਉਂਕਿ ਇਹ ਸੌਦੇ ਮਹਿੰਗੇ ਨੇ ਇੱਧਰਲੇ ਘੁੰਮਣ ਵਾਲੀ ਥਾਂ, ਇਹ ਖਾਸ ਹੈ ਅਲੋਲਾ। ਮਿਲਦੇ ਹਾਂ ਆਪਾਂ ਬਈ ਕੱਲ੍ਹ ਨੂੰ, ਕੱਲ੍ਹ ਦੀ ਵੀਡੀਓ 'ਚ ਬਹੁਤ ਸੋਹਣੀਆਂ ਥਾਵਾਂ ਦਿਖਾਵਾਂਗੇ। ਜੁੜੇ ਰਹੋ ਆਪਣੇ ਸਫ਼ਰਾਂ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ।